ਹਾਏ ਜੁੱਤੀਆਂ ਤੇ ਵੈਲਵਟ ਪਹੁੰਚਿਆ ਨਾ ਖੈਂਦੀਆਂ ਨਹੀਂ ਕਿਹੜਾ ਝਾੜੇ ਖੜ ਕੇ ਮੰਦਿਰ ਕਿੱਥੇ ਬੈਂਦੀਆ ਹਾਏ ਪੜਦੇ ਤਾਂ ਖਾਲਸਾ ਕਾਲੇ ਜੇ ਅੱਖਾਂ ਸੇਕਣੇ ਲਈ ਪਰ ਗੇੜਾ ਦੀਏ ਵੀਰ ਕਾਨੇ ਲੱਗੂਗਾ ਨੀ ਲਾਲਾ ਲਾਲਾ ਗੱਭਰੂ ਕਰਾ ਕੇ ਛੱਡੂਗਾ ਨੀ ਬੱਲਾ ਬੱਲਾ ਗੱਭਰੂ ਕਰਾ ਕੇ ਛੱਡੂਗਾ ਨੀ ਕਹਿੰਦੇ ਚੰਨ ਚੰਦਰਾ ਚੜਾ ਕੇ ਛੱਡੂਗਾ ਦੀ ਵੋਕਲ ਟੋਨ ਆ ਮੇਰੀ ਪੇਚੇ ਨਹੀਂ ਹਾਈ ਨਹੀਂ ਆ ਮੈਨੂੰ ਛੋੜੇ ਜੇ ਮਿੱਠੇ ਮਿੱਠੇ ਜੇ ਗਾਣੇ ਗਾਉਣੇ ਵਧੀਆ ਲੱਗਦੇ ਹਨ ਪਰ ਗਾਏ ਤੁਸੀਂ ਚੱਕ ਮੈਂ ਪਰ ਉਹ ਇਸ ਕਰਕੇ ਕਿਉਂਕਿ ਕਮਰਸ਼ੀਅਲੀ ਇਹ ਚੀਜ਼ਾਂ ਜ਼ਿਆਦਾ ਹਿੱਟ ਕਰਦੀਆਂ ਲਿਖਣੀ ਚ ਮੈਂ ਉਹ ਚੀਜ਼ਾਂ ਕਰ ਸਕਦਾ ਜਿਹੜੀਆਂ ਮੈਂ ਚਾਹਣਾ ਤੇ ਉਹ ਈਜ਼ਲੀ ਆਪਾਂ ਜ਼ਿਆਦਾ ਕਿਤੇ ਨਹੀਂ ਤੇ ਆਪਾਂ ਆਪਣੇ ਇੰਸਟਾਗ੍ਰam ਜਾਂ ਇਧਰ ਉਧਰ ਕਿਤੇ ਲਿਖ ਕੇ ਸ਼ੇਅਰ ਕਰ ਸਕਦੇ ਆ ਪਰ ਗਾਉਣ ਦਾ ਇਦਾਂ ਹੈ ਕਿ ਜਿੰਨਾ ਚਿਰ ਤੁਸੀਂ ਕਮਰਸ਼ੀਅਲੀ ਨਹੀਂ ਹਿੱਟ ਹੁੰਦੇ ਕੋਈ ਹਿੱਟ ਗਾਣਾ ਨਹੀਂ ਦਿੰਦੇ ਉਦੋਂ ਤੱਕ ਤੁਹਾਨੂੰ ਲੋਕ ਅਕਸੈਪਟ ਨਹੀਂ ਕਰਦੇ ਪਰਸਨਲੀ ਮੈਨੂੰ ਲੱਗਦਾ ਅਸੀਂ ਗਾਣਾ ਇਦਾਂ ਬਣਾਉਣੇ ਕਿ ਸਾਰੀ ਲਾਈਫ ਲੋਕ ਸੁਣਨ ਸਾਰੀ ਲਾਈਫ ਚੱਲੇ ਜਾਂ ਮੇਰੇ ਨਾਲ ਵੀ ਸਾਰੀ ਲਾਈਫ ਜੁੜੇ। ਸੋ ਮੈਨੂੰ ਲੱਗਦਾ ਨਹੀਂ ਉਹਦੇ ਲਈ ਇੱਕ ਥੋੜਾ 10 ਦਿਨ 15 ਦਿਨ ਜਾਂ ਮਹੀਨਾ ਵੀ ਕਹਿ ਲੋ ਕਿ ਇੱਕ ਟਾਈਮ ਪੀਰੀਅਡ ਆ ਉਹਨੂੰ ਜੱਜ ਕਰ ਲਈ ਕਿ ਗਾਣਾ ਚੱਲਿਆ ਜਾਂ ਨਹੀਂ। ਜੀ ਮਾਝੇ ਵਾਲੀ ਸਾਈਡ ਤੋਂ ਹਣਾ ਅੱਜ ਕੱਲ ਹਰ ਕੋਈ ਮਾਝਿਆਂ ਨਾਲ ਦੇ ਗੀਤ ਸੁਣਨਾ ਪਸੰਦ ਕਰਦਾ ਤੇ ਮਾਝਾ ਮਾਝਾ ਹੋਈ ਪਈ। ਕੋਈ ਵੰਡ ਨਹੀਂ ਆ ਕਿ ਮਾਝਾ ਮਾਲਵਾ ਦਾ ਬਾਬਾ ਆਰਟਿਸਟ ਤੇ ਮਿਲਦਾ ਸਾਂਝਾ ਹੀ ਆ। ਆਰਟਿਸਟ ਚਾਹੁੰਦਾ ਵੀ ਆ ਵੀ ਮੈਂ ਇਕੱਲੇ ਮਾਝੇ 'ਚ ਨਾ ਚੱਲਾਂ ਮੈਂ ਸਾਰੇ ਹ ਕਈ ਵਾਰੀ ਆਇਆ ਹੁੰਦਾ ਆ ਕਿ ਆਪ ਨੂੰ ਕੋਈ ਲਾਈਨ ਪਸੰਦ ਹੁੰਦੀ ਆ ਤੇ ਸਿੰਗਰ ਕਹਦੇ ਕੱਢਣੀ ਆ ਤੇ ਮੈਂ ਕੱਢ ਲਈ ਨਾ ਹੱਸ ਕੇ ਮੈਨੂੰ ਪਤਾ ਹੁੰਦਾ ਇਹਦਾ ਮੇਰਾ ਕੋਈ ਨਵਾਂ ਗਾਣਾ ਬਣ ਜਾਣਾ ਪਹਿਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਿਹੜਾ ਆਰਟਿਸਟ ਹੈ ਜਾਂ ਸਿੰਗਰ ਹੈ ਨਾ ਉਹ ਤਾਂ ਹਾਈਲਾਈਟ ਹੋ ਜਾਂਦਾ ਬਟ ਇੱਕ ਲਿਰਿਸਿਸਟ ਹੈ ਹਾਈਲਾਈਟ ਚਾਹੇ ਹੋ ਜਾਵੇ ਬਟ ਉਹਨੂੰ ਇੰਨੇ ਕਮਾਈ ਨਹੀਂ ਹੁੰਦੀ ਸੀ ਪਹਿਲੋਂ ਤੇ ਮੈਂ ਲੱਗਾ ਤੁਹਾਨੂੰ ਇਹੀ ਹੁੰਦਾ ਕਿ ਤੁਹਾਡਾ ਲਿਖਿਆ ਗਾਣਾ ਆ ਜੀ ਤੇ ਉਦੋਂ ਮੈਂ ਲੱਗਾ ਤੁਸੀਂ ਫੋਨ ਤੇ ਕਹਿੰਦੇ ਵੀ ਅਗਲੇ ਨੇਹਾ ਵਾ ਕਿ ਵੀਰੇ ਮੇਰਾ ਨਾਮ ਜ਼ਰੂਰ ਪਾਏ ਮੇਰਾ ਨਾਮ ਨਾ ਕੱਢਿਓ ਹਨਾ ਤੇ ਮੈਨੂੰ ਲੱਗਦਾ ਸਾਰੇ ਐ ਤੇ ਜਿਹੜੀ ਪੈਹਾਂ ਵਾਲੀ ਗੇਮ ਆ ਉਹ ਬਾਅਦ ਚ ਬੰਦੇ ਨੂੰ ਸਮਝ ਲੱਗਦੀ ਆ ਕਿ ਹਾਂ ਮੇਰੇ ਗਾਣੇ ਆ ਜੀ ਗਾਣਿਆਂ ਦੇ ਮੋਢਨ ਦਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੀਦਾ ਸੋ ਟੂਡੇ ਵੀ ਆਨ ਕਨਵਰਸੇਸ਼ਨ ਵਿਦ ਕਾਲਮ ਸਾਡੇ ਨਾਲ ਮੌਜੂਦ ਨੇ ਇੱਥੇ ਮੁੰਡਾ ਨੋਵਲ ਵਰਗਾ ਇਹਨਾਂ ਨੇ ਆਪਣੀ ਇਨਸਟਾ ਬਾਇਓ ਦੇ ਵਿੱਚ ਲਿਖਿਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਾਲੋ ਥੈਂਕ ਯੂ ਜੀ ਮੇਰੇ ਵੱਲੋਂ ਸਾਰੇ ਵੇਖਣ ਸੁਣਨ ਵਾਲਿਆਂ ਵੱਲੋਂ ਜੱਗ ਬਾਣੀ ਟੀਵੀ ਦੇ ਚੈਨਲ ਤੇ ਜੀ ਆਇਆਂ ਨੂੰ ਸੋ ਕਾਲੋ ਮਾਰੇ ਤਾਂ ਦੱਸਦੀ ਕਿ ਲਾਲਾ ਲਾਲਾ ਗੀਤ ਇਹਨਾਂ ਦਾ ਬਹੁਤ ਫੇਮਸ ਹੋਇਆ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਪਟਵਾਰੀ ਉਸ ਤੋਂ ਪਹਿਲਾਂ ਜਿਹੜਾ ਗਾਣਾ ਇਹਨਾਂ ਦਾ ਆਇਆ ਸੀ ਐਜ਼ ਅ ਲਿਰਿਸਟ ਸਟ ਔਰ ਐਜ਼ ਅ ਸਿੰਗਰ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਕਰੀਅਰ ਜਿਹੜਾ ਹੈ ਉਹਦੇ ਵਿੱਚ ਹੈਗੇ ਔਰ ਬਹੁਤ ਅੱਛੇ ਅੱਛੇ ਗਾਣੇ ਇਹਨਾਂ ਨੇ ਲਿਖੇ ਵੀ ਹੈ ਸੋ ਬਹੁਤ ਅੱਛੇ ਆਰਟਿਸਟ ਆ ਨੇ ਇਹਨਾਂ ਦੇ ਗਾਣਿਆਂ ਨੂੰ ਗਾਇਆ ਵੀ ਹੈ ਸੋ ਕਾਲੋ ਰਵਾਇਤੀ ਸਵਾਲ ਹੈ ਕਿ ਸਫ਼ਰ ਸ਼ੁਰੂ ਕਦੋਂ ਹੋਇਆ ਕਿਉਂਕਿ ਜਾਣਨਾ ਜ਼ਰੂਰੀ ਹੈ ਤੁਹਾਡੀ ਫਰਸਟ ਇੰਟਰਵਿਊ ਹੈ ਸੋ ਵੀ ਵਾਂਟ ਕਿ ਤੁਸੀਂ ਦੱਸੋ ਕਿ ਸ਼ੁਰੂਆਤ ਕਦੋਂ ਤੋਂ ਹੋਈ ਕਾਲੋ ਦੀ ਜ਼ਰੂਰ ਜੀ ਇੱਕ ਤੇ ਪਹਿਲਾਂ ਮੈਨੂੰ ਇਹ ਆਕੇ ਮੇਰਾ ਨਾਂ ਥੋੜਾ ਜਿਹਾ ਕਰੋੜ ਕੇ ਲਿਆ ਜਾਵੇ ਕਿ ਕਾਲੋ ਆ ਤੇ ਨਾਰਮਲੀ ਲੋਕਾਂ ਨੂੰ ਥੋੜਾ ਜਿਹਾ ਕਹਿਣਾ ਨਹੀਂ ਆਉਂਦਾ ਤੇ ਹੈ ਵੀ ਮਤਲਬ ਮੈਂ ਕਿਹਾ ਨਹੀਂ ਸਹੀ ਤਰੀਕੇ ਨਾਲ ਹਾਂ ਤੁਸੀਂ ਹੁਣ ਅੱਗੇ ਸਹੀ ਕਰ ਸਕਦੇ ਹੋ ਤੇ ਸ਼ੁਰੂਆਤ ਮੈਨੂੰ ਲੱਗਦਾ ਮੇਰੀ 2017 ਚ ਐਜ਼ ਅ ਲਿਰਿਸਟ ਹੋਈ ਸੀ ਤੇ ਮੇਰਾ ਪਹਿਲਾ ਜਿਹੜਾ ਲਿਖਿਆ ਗਾਣਾ ਰਿਲੀਜ਼ ਹੋਇਆ ਕਰੋਦ ਬਾਦ ਲਿਖੇ ਗਾਣੇ ਆਉਂਦੇ ਰਹੇ ਤੇ ਰੀਸੈਂਟਲੀ ਮੈਂ ਇਸੇ ਸਾਲ ਆਪਣਾ ਡੈਬਿਊ ਕੀਤਾ ਆ ਐਜ਼ ਅ ਸਿੰਗਰ ਪਟਵਾਰੀ ਗਾਣੇ ਤੋਂ ਉਸ ਤੋਂ ਬਾਅਦ ਫਿਰ ਲਾਲਾ ਲਾਲਾ ਕੀਤਾ ਹੂੰ ਸੋ ਹੁਣ ਮੈਨੂੰ ਆ ਰੋਗ ਦਿਮਾਗ ਦੇ ਵਿੱਚ ਮੈਂ ਕਹਾਂ ਲੋ ਜਿਹੜਾ ਕਰੋੜ ਕੀ ਕਹਿੰਦਾ ਓਕੇ ਸੋ ਜਦੋਂ ਤੁਸੀਂ ਆਪਣਾ ਕੈਰੀਅਰ ਸਟਾਰਟ ਕੀਤਾ ਐਜ਼ ਅ ਲਿਰਿਸਟ ਸਟਾਰਟ ਕੀਤਾ ਸ਼ੁਰੂਆਤ ਤੋਂ ਹੀ ਤੁਹਾਡੇ ਦਿਮਾਗ ਦੇ ਵਿੱਚ ਗੱਲ ਸੀ ਕਿ ਮੈਂ ਮੈਂ ਐਜ਼ ਅ ਸਿੰਗਰ ਜਾਂ ਐਜ਼ ਅ ਲਿਰਿਸਟ ਹੀ ਇੰਡਸਟਰੀ ਦੇ ਵਿੱਚ ਆਣਾ ਹੈ ਨਹੀਂ ਸ਼ੁਰੂ ਤੋਂ ਮੈਨੂੰ ਸਿੰਗਰ ਦਾ ਹੀਗਾ ਮੇਨ ਮੈਂ ਗਾਉਂਦਾ ਹੀਗਾ ਸ਼ੁਰੂ ਤੋਂ ਤੇ ਲਿਖਣ ਦਾ ਤੇ ਮੈਨੂੰ ਇਦਾਂ ਲੱਗਦਾ ਜਦੋਂ ਕਿ ਮੈਂ ਜ਼ਿਆਦਾ ਖੋਜ ਸੰਭਾਲੀ ਜਾਂ ਮੈਂ ਪੜਿਆ ਹਾਂ ਹਨਾ ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਉਦੋਂ ਤੋਂ ਮੈਂ ਲਿਖਣਾ ਸ਼ੁਰੂ ਕੀਤਾ ਪਰ ਗਾਉਣ ਦਾ ਮੈਨੂੰ ਉਤੋਂ ਪਹਿਲਾਂ ਦਾ ਹੀਗਾ ਤੇ ਫਿਰ ਥੋੜੇ ਜਿ ਇਦਾਂ ਦਾ ਸਿਸਟਮ ਹੀ ਕਿ ਸੋਰਸਿਸ ਘੱਟ ਹੋਣ ਦਾ ਕਰਕੇ ਲੱਗਦਾ ਸੀ ਕਿ ਆਪਣਾ ਗਾਣਾ ਕਰਨਾ ਹਨਾ ਐਜ਼ ਅ ਸਿੰਗਰ ਥੋੜਾ ਔਖਾ ਲੱਗਦਾ ਸੀ ਤੇ ਉਹਦੇ ਕਰਕੇ ਫਿਰ ਆਪਾਂ ਐਜ਼ ਅ ਲਿਰਿਸਟ ਸ਼ੁਰੂ ਕਰ ਲਿਆ ਕਿ ਰਾਈਟਰ ਦੇ ਨਾਲ ਨਾਲ ਆਪਣੇ ਇੱਕ ਤੇ ਗਾਣੇ ਆ ਜਾਣਗੇ ਥੋੜਾ ਨਾਂ ਲੋਕਾਂ ਤੱਕ ਚੱਲ ਜਾਊਗਾ ਜਾਂ ਆਪਣੇ ਲਿੰਕ ਜੇ ਥੋੜੇ ਬਣ ਜਾਣਗੇ ਫਿਰ ਉਦੋਂ ਬਾਅਦ ਆਪਣਾ ਗਾਣਾ ਕਰ ਲਾਂਗੇ ਸੋ ਲਿਖਣ ਦਾ ਮੈਨੂੰ ਲੱਗਦਾ ਤਾਂ ਕਰਕੇ ਜਿਆਦਾ ਆਪਾਂ ਨੂੰ ਅ ਅੱਗੇ ਕੀਤਾ ਬਟ ਸਟਾਰਟਿੰਗ ਤੋਂ ਕੀ ਚਾਹੁੰਦੇ ਸੀ ਐਜ਼ ਅ ਸਿੰਗਰ ਹੋਣਾ ਹਾਂਜੀ ਸ਼ੁਰੂ ਤੋਂ ਮੈਨੂੰ ਤੇ ਸਿੰਗਰ ਦਾ ਹੀਗਾ ਮੈਂ ਆਪਣੇ ਆਪ ਨੂੰ ਸਿੰਗਰ ਹੀ ਵੇਖਦਾ ਸੀਗਾ ਪਰ ਮੈਨੂੰ ਹੁਣ ਐਂ ਲੱਗਦਾ ਕਿ ਮੈਂ ਅ ਸਿੰਗਰ ਨਾਲੋਂ ਮੈਂ ਲਿਖ ਜਿਆਦਾ ਵਧੀਆ ਲੈਣਾ ਪਤਾ ਨਹੀਂ ਵਾਰ ਮੈਨੂੰ ਆਪਣੇ ਆਪ ਨੂੰ ਫੇਰ ਹੁੰਦਾ ਕਿ ਮੈਂ ਉਹਨਾਂ ਵਧੀਆ ਸਿੰਗਰ ਨਹੀਂ ਆ ਮੈਂ ਲਿਖਦਾ ਥੋੜਾ ਜਿਆਦਾ ਵਧੀਆ ਐ ਸਿੰਗਰ ਦੇ ਨਾਲ ਇਦਾਂ ਕਿਉਂ ਫੀਲ ਹੁੰਦਾ ਕਿ ਮੈਂ ਉਹਨਾਂ ਜ਼ਿਆਦਾ ਵਧੀਆ ਸਿੰਗਰ ਮੈਨੂੰ ਆਂ ਲੱਗਦਾ ਕਿਉਂਕਿ ਮੈਨੂੰ ਜਿੱਦਾਂ ਦੇ ਪਰਸਨਲੀ ਗਾਣੇ ਪਸੰਦ ਆ ਜਾਂ ਮੇਰੀ ਜਿੱਦਾਂ ਦੀ ਵੋਕਲ ਟੋਨ ਆ ਮੇਰੀ ਪੇਚੇ ਹੀ ਨਹੀਂ ਹਾਈ ਨਹੀਂ ਆ ਮੈਨੂੰ ਥੋੜੇ ਜੇ ਮਿੱਠੇ-ਮਿੱਠੇ ਜੇ ਗਾਣੇ ਗਾਉਣੇ ਵਧੀਆ ਲੱਗਦੇ ਹਨਾ ਪਰ ਗਾਏ ਤੁਸੀਂ ਚੱਕਵੇਂ ਆ ਪਰ ਉਹ ਇਸ ਕਰਕੇ ਕਿਉਂਕਿ ਕਮਰਸ਼ੀਅਲੀ ਇਹ ਚੀਜ਼ਾਂ ਜ਼ਿਆਦਾ ਹਿੱਟ ਕਰਦੀਆਂ ਸੋ ਮੈਨੂੰ ਤਾਂ ਕਰਕੇ ਲੱਗਦਾ ਕਿਉਂਕਿ ਲਿਖਣੀ 'ਚ ਮੈਂ ਉਹ ਚੀਜ਼ਾਂ ਕਰ ਸਕਦਾ ਹਾਂ ਜਿਹੜੀਆਂ ਮੈਂ ਚਾਹਣਾ ਆ ਤੇ ਉਹ इजीली ਆਪਾਂ ਜਿਆਦਾ ਕਿਤੇ ਨਹੀਂ ਤੇ ਆਪਾਂ ਆਪਣੇ ਇੰਸਟਾਗ੍ਰam ਜਾਂ ਇਧਰ ਉਧਰ ਕਿਤੇ ਲਿਖ ਕੇ ਸ਼ੇਅਰ ਕਰ ਸਕਦੇ ਆ ਪਰ ਗਾਉਣ ਦਾ ਇਦਾਂ ਹੈ ਕਿ ਜਿੰਨਾ ਚਿਰ ਤੁਸੀਂ ਕਮਰਸ਼ੀਅਲੀ ਨਹੀਂ ਹਿੱਟ ਹੁੰਦੇ ਕੋਈ ਹਿੱਟ ਗਾਣਾ ਨਹੀਂ ਦਿੰਦੇ ਉਦੋਂ ਤੱਕ ਤੁਹਾਨੂੰ ਲੋਕ ਅਕਸੈਪਟ ਨਹੀਂ ਕਰਦੇ ਸੋ ਮੈਨੂੰ ਲੱਗਦਾ ਮੈਂ ਸੈਟ ਗਾਣੇ ਕਰੂੰਗਾ ਜਾਂ ਰੋਮਾਂਟਿਕ ਅੱਗੇ ਪਰ ਇੱਕ ਵਾਰੀ ਥੋੜਾ ਜਿਹਾ ਆਪਣਾ ਫੇਸ ਵੈਲਿਊ ਕਹਿ ਲਓ ਜਾਂ ਆਰਟਿਸਟ ਵੈਲਿਊ ਬਣਾ ਕੇ ਤੁਸੀਂ ਕਿਹਾ ਕਿ ਕਮਰਸ਼ੀਅਲੀ ਇੱਕ ਵਾਰ ਲੋਕਾਂ ਅੱਗੇ ਆਣਾ ਜ਼ਰੂਰੀ ਹੁੰਦਾ ਹੈ ਨਾ ਤਾਂ ਹੀ ਲੋਕ ਐਕਸੈਪਟ ਕਰਦੇ ਆ ਬਟ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਆਪਣੀ ਪਸੰਦ ਨੂੰ ਜਾਂ ਜਿਹੜੀ ਆਪਣੀ ਰੀਜ ਹੁੰਦੀ ਹੈ ਸਾਡਾ ਕੰਮ ਕਰਨ ਉਹ ਕਿਤੇ ਨਾ ਕਿਤੇ ਆਪਣੇ ਦਿਲ 'ਚ ਦਬਾ ਕੇ ਜਦੋਂ ਇੱਕ ਆਰਟਿਸਟ ਲੋਕਾਂ ਦੀ ਪਸੰਦ ਨਾਲ ਜਦੋਂ ਕੰਮ ਕਰਦਾ ਕਿਤੇ ਨਾ ਕਿਤੇ ਉਹ ਚੀਜ਼ ਨਹੀਂ ਹੋ ਪਾਉਂਦੀਆਂ ਉਹ ਖੁਦ ਵੀ ਉਹਨਾਂ ਖੁਸ਼ ਨਹੀਂ ਹੁੰਦਾ ਜਿਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਨਹੀਂ ਪਤਾ ਨਹੀਂ ਮੈਨੂੰ ਸਾਰਿਆਂ ਦਾ ਪਰ ਆਪਣਾਂ ਲਈ ਕਿਸੇ ਚ ਆਪਾਂ ਦੱਬਣੀ ਨਹੀਂ ਆ ਗੱਲ ਕਿਉਂਕਿ ਸਾਡੇ ਕੋਲ ਮੈਨੂੰ ਲੱਗਦਾ ਹਮੇਸ਼ਾ ਸ਼ੁਰੂ ਤੋਂ ਹੀ ਹੋਰ ਕੋਈ ਆਪਸ਼ਨ ਲੈ ਕੇ ਚੱਲਿਆ ਨਹੀਂ ਆ ਜਦੋਂ ਆ ਮੈਨੂੰ ਲੱਗਾ ਕਿ ਮੈਂ ਇੱਕ ਗਾਣਾ ਜਾਂ ਲਿਖਣਾ ਆ ਸੋ ਉਹਦੇ ਲਈ ਆ ਹੁੰਦਾ ਆ ਆਪਣੇ ਪਿੱਛੇ ਕਈ ਇਨਵੈਸਟਰ ਹੁੰਦੇ ਆ ਸਾਰਾ ਕੁਝ ਆ ਨਾ ਤੇ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਇੱਕ ਗਾਣੇ ਤੇ ਪੈਸੇ ਲਾਏ ਸਾਡਾ ਚੱਲ ਗਿਆ ਸੋ ਇਹ ਲੰਮੀ ਗੇਮ ਆ ਉਹਦੇ ਲਈ ਆਪਾਂ ਨੂੰ ਪਹਿਲੋਂ ਤੇ ਆਏ ਆ ਕਿ ਆਪਾਂ ਥੋੜਾ ਜਿਹਾ ਉੱਨੇਕ ਜੋਗੇ ਹੋ ਜਾਈਏ ਕਿ ਸਾਡੀ ਰਿਕਵਰੀ ਸ਼ੁਰੂ ਹੋ ਜਾਏ ਜਿੰਨੇ ਪੈਸੇ ਆਪਾਂ ਇਨਵੈਸਟ ਕਰਦੇ ਹੋ ਮੁੜਦੇ ਰਹਿਣ ਫਿਰ ਜਾਂ ਲੋਕ ਸ ਤਾਂ ਦੀ ਆਡੀਅנס ਬਣਦੀ ਫਿਰ ਤੁਸੀਂ ਆਪਣੇ ਦਿਲ ਦੀ ਗੱਲ ਕਹੋਗੇ ਮੈਨੂੰ ਲੱਗਦਾ ਉਹ ਜ਼ਿਆਦਾ ਅਸਰ ਕਰੂਗੀ ਤੇ ਜਾਂ ਤੁਸੀਂ ਵੀ ਫਿਰ ਜ਼ਿਆਦਾ ਸੈਟੀਸਫਾਈਡ ਹੋਗੇ ਕਿਉਂਕਿ ਮੈਂ ਪਹਿਲੋਂ ਸੈਟ ਗਾਣਾ ਕਰ ਲਾ ਨਹੀਂ ਚੱਲੇ ਫਿਰ ਆਪਾਂ ਦੂਜੀ ਵਾਰੀ ਉਹਨੇ ਕੌਨਫੀਡੈਂਸ ਨਾਲ ਉਹ ਚੀਜ਼ ਕਰ ਨਹੀਂ ਸਕਦੇ ਤੇ ਤਾਂ ਕਰਕੇ ਕਮਰਸ਼ੀਅਲੀ ਤੁਹਾਨੂੰ ਹਿੱਟ ਹੋਣਾ ਜ਼ਿਆਦਾ ਜ਼ਰੂਰੀ ਆ ਫਿਰ ਆਪਣੇ ਦਿਲ ਦੀ ਪਗਾਓ ਜੀ ਸਦਕੇ ਤੁਹਾਨੂੰ ਕੀ ਲੱਗਦਾ ਪਟਵਾਰੀ ਗਾਣੇ ਤੋਂ ਜ਼ਿਆਦਾ ਲੋਕਾਂ ਨੇ ਨੋਟਿਸ ਕੀਤਾ ਜਾਂ ਫਿਰ ਲਾਲਾ ਲਾਲਾਤ ਨੇ ਮੈਨੂੰ ਤਾਂ ਲੱਗਦਾ ਓਬਵੀਅਸਲੀ ਲਾਲਾ ਲਾਲਾ ਤੇ ਨੋਟਿਸ ਕੀਤਾ ਹੈ ਪਰ ਸਟਿਲ ਪਟਵਾਰੀ ਮੇਰਾ ਫੇਵਰੇਟ ਗਾਣਾ ਇਹਨਾਂ ਦੋਵਾਂ ਚੋਂ ਜਿਹੜੇ ਮੇਰੇ ਅਸਲ ਚ ਫੇਵਰੇਟ ਆ ਉਹ ਜੇ ਆਉਣੇ ਆ ਹਨਾ ਅੱਗੇ ਚੱਲ ਕੇ ਆਉਣਗੇ ਪਰ ਇਹਨਾਂ ਦੋਵਾਂ ਚੋਂ ਲਾਲਾ ਲਾਲਾ ਇਦਾਂ ਹੈ ਕਿ ਉਹੀ ਚੀਜ਼ ਆ ਕਮਰਸ਼ੀਅਲੀ ਵਧੀਆਂ ਹੀਗਾ ਚੱਕਵਾ ਹੀ ਗਾਣਾ ਤੇ ਉਹ ਜ਼ਿਆਦਾ ਵਧੀਆ ਰਿਆ ਤੇ ਹੁਣ ਕਿਹੜਾ ਸੁਣਾਉਗੇ ਲੋਕਾਂ ਦੀ ਪਸੰਦ ਕੀ ਆਪਣੀ ਪਸੰਦ ਨਹੀਂ ਮੈਂ ਤੁਹਾਡੀ ਪਸੰਦ ਹੀ ਸੁਣਾਉਂਗਾ ਲਾਲਾ ਲਾਲਾ ਸੁਣਾ ਦਿਓ ਕਿੱਥੋਂ ਸੁਣਨਾ ਤੇ ਸ਼ੁਰੂ ਤੋਂ ਕਿ ਜਾਂ ਕਾਲਸਾ ਕਾਲਜ ਵਾਲੀ ਗੱਲ ਕੀ ਹਾਏ ਜੁੱਤੀਆਂ ਤੇ ਵੈਲਵਟ ਪੌਂਚਿਆ ਨਾ ਖੈਂਦੀਆਂ ਨਹੀਂ ਕਿਹੜਾ ਝਾੜੇ ਖੜਕੇ ਮੰਦਿਰ ਕਿੱਥੇ ਬੈਂਦੀਆ ਹਾਏ ਪੜਦੇ ਤਾਂ ਖਾਲਸਾ ਕਾਲੇ ਜੇ ਅੱਖਾਂ ਸੇਕਣੇ ਲਈ ਪਰ ਗੇੜਾ ਈ ਇਹ ਵੀਰ ਕਾਨੇ ਲੱਗੂਗਾ ਨਹੀਂ ਲਾਲਾ ਲਾਲਾ ਗੱਬਰੂ ਕਰਾ ਕੇ ਛੱਡੂਗਾ ਨਹੀਂ ਬੱਲਾ ਬੱਲਾ ਗੱਬਰੂ ਕਰਾ ਕੇ ਛੱਡੂਗਾ ਨਹੀਂ ਕਹਿੰਦੇ ਚੰਨ ਚੰਦਰਾ ਚੜਾ ਕੇ ਛੱਡੂਗਾ ਅਜਾ ਇਦਾਂ ਕਿਉਂ ਹੈ ਕਿ ਤੁਸੀਂ ਗਾਣੇ ਵਿੱਚ ਕਿਹਾ ਕਿ ਖਾਲਸਾ ਕਾਲਜ ਪੜਦੇ ਪਰ ਜ਼ਿਆਦਾ ਜਿਹੜੇ ਡੀਏਵੀ ਲੱਗਦੇ ਹੈ ਬਸ ਜਿਹੜੇ ਅੰਮ੍ਰਿਤਸਰ ਤੋਂ ਲੋਕ ਹੈਗੇ ਆ ਉਹ ਕਹਿੰਦੇ ਕਿ ਅਸੀਂ ਡੀਏਵੀ ਤੋਂ ਖਾਸ ਜਿਹੜੇ ਖਾਲਸਾ ਕਾਲਜ ਮਰਨ ਜਾਂਦੇ ਸੀਗੇ ਪਤਾ ਨਹੀਂ ਜੀ ਉਹ ਤੁਸੀਂ ਕਿਹੜੇ ਕਾਲਜ ਪੜ੍ਹਸਰ ਵਾਲੇ ਵੱਖਰੇ ਲੋਕ ਮਿਲੇ ਹੋਣਗੇ ਪਰ ਅਹੀਂ ਜਦੋਂ ਪੜ੍ਹਦੇ ਸੀਗੇ ਸਾਡੇ ਆਹ ਦੀ ਤਾਂ ਅਸੀਂ ਕਿ ਖਾਲਸਾ ਕਾਲਜ ਜ਼ਿਆਦਾ ਮੁੰਡੇ ਸੀਗੇ ਤੁਸੀਂ ਖਾਲਸਾ ਪੜ੍ਹੇ ਹੋ ਹਾਂਜੀ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹਿਆ ਆ ਤੇ ਉਹ ਵੀ ਜ਼ਿਆਦਾ ਖਾਲਸਾ ਕਾਲਜ ਦਾ ਇਦਾਂ ਹੀ ਰੁਝਾਨ ਉੱਥੇ ਪਿੰਡਾਂ ਵਾਲੇ ਜ਼ਿਆਦਾ ਹੀ ਮੁੰਡੇ ਤੇ ਕੁੜੀਆਂ ਉੱਥੇ ਘੱਟ ਆਉਂਦੀ ਤੇ ਸਾਡਾ ਪਤਾ ਨਹੀਂ ਉਦੋਂ ਮੇਥਾ ਜਾ ਬਣਿਆ ਹੈਗਾ ਕਿ ਡੀਏਵੀ ਕਾਲਜ ਜਿਆਦਾ ਸੋਹਣੀਆਂ ਕੁੜੀਆਂ ਹੁੰਦੀਆਂ ਆ ਜਾਂ ਜਿਆਦਾ ਕੁੜੀਆਂ ਹੁੰਦੀਆਂ ਈ ਵਿੱਚ ਵਾਰ ਫਿਰ ਉਧਰ ਮੈਂ ਤੇ ਹਨਾ ਜਿੰਨਾ ਕ ਆਪ ਫੀਲ ਕੀਤਾ ਅਬਜ਼ਰਵ ਕੀਤਾ ਉਦਾਂ ਦੀ ਗੱਲ ਕਰਦਾ ਤੁਸੀਂ ਕਿੰਨੇ ਗੀੜੇ ਲਾਏ ਆ ਡੀਏਵੀ ਕਾਲਜ ਦੇ ਅਸੀਂ ਤਾਂ ਬਹੁਤ ਘੱਟ ਲਾਏ ਆ ਜੀ ਸਾਨੂੰ ਤੇ ਜੇ ਕੋਈ ਲਿਆ ਜਾਂਦਾ ਹੁੰਦਾ ਤੇ ਦੇਖੀ ਨਹੀਂ ਕਹਿਣਾ ਪਿਆ ਰਿਆ ਨਹੀਂ ਸੱਚੀ ਮੈਂ ਥੋੜਾ ਰਿਜ਼ਰਵ ਹੀ ਸ਼ੁਰੂ ਤੋਂ ਹੀ ਤੇ ਉਹ ਗੇਣਿਆ ਗੁਣਿਆ ਵਾਲਾ ਘੱਟ ਰਿਹਾ ਪਰ ਐ ਕਿ ਕਬਜ਼ਰਵੇਸ਼ਨ ਹੁੰਦੀ ਤੁਹਾਡੇ ਸਰਕਲ ਚ ਤੁਸੀਂ ਰੋਜ਼ ਗੱਲਾਂ ਸੁਣਦੇ ਹੋ ਲੋਕਾਂ ਨੂੰ ਵੇਖਦੇ ਹੋ ਮੈਨੂੰ ਲੱਗਦਾ ਪੌਣੀਆਂ ਵੀ ਗਾਣਿਆਂ ਚ ਉਹੀ ਚਾਹੀਦੀਆਂ ਆ ਜਿਹੜੀਆਂ ਜ਼ਿਆਦਾ ਰਿਲੇਟੇਬਲ ਹੋਣ ਤੇ ਕਿਉਂਕਿ ਆਪਣਾ ਹੁਣ ਮੈਂ ਜੇ ਗਾਣਿਆਂ ਚ ਆਇਆ ਕਹਾਂ ਕਿ ਅਸੀਂ ਕਿਸੇ ਪਿੱਛੇ ਗੇੜੇ ਮਾਰਦੇ ਨਹੀਂ ਜਾਂ ਇਦਾਂ ਨਹੀਂ ਓਦਾਂ ਨਹੀਂ ਆ ਮੈਨੂੰ ਲੱਗਦਾ ਉਹ ਨਹੀਂ ਇੰਨੀ ਛੇਤੀ ਤੇ ਕੋਈ ਕਹਿੰਦੀ ਹੈ ਕਿ ਅਸੀਂ ਗੇੜੇ ਜ਼ਰੂਰ ਮਾਰਦੇ ਆ ਪਰ ਅਸੀਂ ਨੱਡੀਆਂ ਨਹੀਂ ਤੱਕਦੇ ਓ ਇਦਾਂ ਦੀ ਗੱਲਾਂ ਵੀ ਤਾਂ ਕਰਦੇ ਆ ਇਦਾਂ ਦਾ ਕਹਿ ਲੋ ਸਾਡਾ ਵੀ ਸੁਭਾਅ ਮਤਲਬ ਆਪਾਂ ਵੇਖ ਲੈਨੇ ਆਪਾਂ ਕਦੀ ਕਿਸ ਨੂੰ ਕਮੈਂਟ ਨਹੀਂ ਕੀਤਾ ਜਾਂ ਹਨਾ ਆਪਣੇ ਮਨ ਚ ਕੈਰੀ ਦਾ ਵੀ ਹਾਂ ਸੋਹਣੀ ਆ ਕੁੜੀ ਪਰ ਕਦੀ ਆਇਆ ਨਹੀਂ ਕਿ ਕਿਸੇ ਨੂੰ ਰੋਕ ਕੇ ਕੁਝ ਇਦਾਂ ਦਾ ਮਾੜਾ ਚੰਗਾ ਕਹੋ ਕੇ ਕੁ ਤੇ ਤੁਹਾਡੀ ਇਸ ਗਾਣੇ ਚ ਪਰਸਨਲ ਲਾਈਨ ਕਿਹੜੀ ਪਸੰਦ ਹੈ ਜਾਂ ਇਹ ਹੀ ਪਸੰਦ ਹੈ ਜਿਹੜੀ ਚ ਲੋਕਾਂ ਨੇ ਰੀਲਸ ਵੀ ਬਹੁਤ ਬਣਾਈਆਂ ਹਾਂ ਮੇਰੀ ਮੇਰੀ ਅਸਲ ਚ ਉਹ ਫੇਵਰਟ ਲਾਈਨ ਕੇ ਅ ਨਫੂਕ ਦੁ ਕੈਂਪਸ ਤਰੀ ਨਸ ਕਾਲ ਇੱਕ ਓਕੇ ਹਾਂ ਬਟ ਲੋਕਾਂ ਨੇ yellow bus ਵਾਲੀ ਤੇ ਹੈ ਨਾ ਬਹੁਤ ਸਾਰੀ ਰੀਲਸ ਬਣਾਈਆਂ ਸੀਆਂ ਹਾਂ ਜੀ ਉਹ ਵਧੀਆ ਟ੍ਰੈਂਡ ਜੀ ਸਟਿਲ ਜੀ ਤੁਹਾਡੇ ਕੋਲ ਆ ਰਹੀਆਂ ਹੋ ਰੀਲਸ ਹਾਂ ਜੀ ਹਾਂ ਜੀ ਉਹ ਰੈਗੂਲਰ ਪਈ ਜਾਂਦੀਆਂ ਆ ਪਰ ਮੈਨੂੰ ਇਹ ਆ ਕਿ ਹੁਣ ਜਿੱਦਾਂ ਆਪਣਾ ਨਵਾਂ ਗਾਣਾ ਰੀਸੈਂਟਲੀ ਰਿਲੀਜ਼ ਹੋਇਆ ਤੇ ਮੈਨੂੰ ਇਦਾਂ ਆ ਕਿ ਹੁਣ ਥੋੜਾ ਜਿਹਾ ਉਧਰ ਧਿਆਨ ਦਈਏ ਤੇ ਇਸ ਕਰਕੇ ਆ ਪਰ ਉਹ ਸਟਿਲ ਜਿਹੜੀਆਂ ਯਾਲੂ ਬਸ ਵਾਲੀ ਇੱਕ ਤੇ ਉਹ ਸਾਡੇ ਅਮਰਸਰ ਦਾ ਆ ਉਹਨਾਂ ਲੋਕੇਸ਼ਨ ਸਾਡੇ ਉੱਥੋਂ ਦੀ ਆ ਮੈਨੂੰ ਲੱਗਦਾ ਉਹਦੇ ਕਰਕੇ ਥੋੜਾ ਜ਼ਿਆਦਾ ਰਿਲੇਟ ਕਰਗੇ ਲੋਕ ਤੇ ਉਹ ਸਟਿਲ ਚੱਲੀ ਜਾਂਦਾ ਵਧੀਆ ਸੋ ਮਰਲਾ ਗਾਣਾ ਜਿਹੜਾ ਰੀਸੈਂਟਲੀ ਕਾਲੋਂ ਦਾ ਰਿਲੀਜ਼ ਕਾਲੋਂ ਦਾ ਰਿਲੀਜ਼ ਹੋਇਆ ਹੈ ਸੋ ਮਰਲਾ ਬਾਰੇ ਥੋੜੇ ਜਿਹਾ ਆਪਾਂ ਗੱਲਬਾਤ ਵੀ ਕਰਾਂਗੇ ਪਹਿਲੇ ਮੈਂ ਚਾਹਾਂਗੀ ਦੋ ਲਾਈਨਾਂ ਮਰ ਲਈ ਦੀ ਹਾਂ ਬੈਠੀ ਸਟਾਰ ਬਕਸ ਤੇ ਜੱਜ ਕੀ ਮੋਰ ਦੇ ਖੰਭ ਜੀ ਜੱਟੀ ਹੱਸ ਗਈ ਉਹ ਨਾਵਲ ਵਾਂਗ ਨਾ ਯਦ ਚੋਂ ਛੁੱਟਣਾ ਤੂੰ ਕਾਹਦਾ ਸ਼ੋਲਿਆ ਹੀਰੇ ਨੀ ਗੱਭਰੂ ਮਰਲਾ ਵੀ ਨਾ ਛੱਡਦਾ ਤੂੰ ਦਿਲੋਂ ਦਾ ਖੋਲਿਆ ਹੀਰੇ ਨੀ ਗੱਭਰੂ ਥੈਂਕ ਯੂ ਸੋ ਇਹਦੇ ਤੇ ਕੀ ਰਿਸਪੌਂਸ ਆ ਰਿਹਾ ਕਿੰਨੇ ਕ ਰੀਲਸ ਆ ਰਹੀਆਂ ਹਨ ਬੜੀ ਹੈ ਜੀ ਅਜੇ ਤੇ ਥੋੜੇ ਦੇਣੀ ਹੋਏ ਆ ਮੈਨੂੰ ਲੱਗਦਾ ਟਾਈਮ ਲੱਗਦਾ ਗਾਣੇ ਨੂੰ 10 15 ਦਿਨ ਤੇ ਲੈ ਕੇ ਚੱਲੋ ਤੇ ਹਾਂ ਗਾਣਾ ਤੇ ਇੱਕ ਲਾਈਫ ਟਾਈਮ ਲਈ ਆਪਾਂ ਚੀਜ਼ ਬਣਾਉਨੇ ਆ ਮੈਨੂੰ ਲੱਗਦਾ ਇੰਨੇ ਆਪਾਂ ਨੂੰ ਉਹ ਕਰਨਾ ਵੀ ਨਹੀਂ ਚਾਹੀਦਾ ਏਡੀ ਛੇਤੀ ਕਿ ਹਾਂ ਦੋ ਚਾਰ ਦਿਨ ਬਾਅਦ ਕੀ ਰਿਸਪੌਂਸ ਆ ਗਿਆ ਕਿਦਾਂ ਰਿਹਾ ਵੇਟ ਕਰਨੀ ਚਾਹੀਦੀ ਆ ਜਾਂ ਉਹਨੂੰ ਪੁਸ਼ ਕਰਦੇ ਰਹਿਣਾ ਚਾਹੀਦਾ ਆ ਕਿਉਂਕਿ ਮੈਨੂੰ ਲੱਗਦਾ ਗਾਣਾ ਪਰਸਨਲੀ ਮੈਨੂੰ ਲੱਗਦਾ ਅਸੀਂ ਗਾਣਾ ਇਦਾਂ ਬਣਾਉਨੇ ਕਿ ਸਾਰੀ ਲਾਈਫ ਲੋਕ ਸੁਣਨ ਸਾਰੀ ਲਾਈਫ ਚੱਲੇ ਜਾਂ ਮੇਰੇ ਨਾਲ ਵੀ ਸਾਰੀ ਲਾਈਫ ਜੁੜੇ ਸੋ ਮੈਨੂੰ ਲੱਗਦਾ ਨਹੀਂ ਉਹਦੇ ਲਈ ਇੱਕ ਥੋੜਾ 10 ਦਿਨ 15 ਦਿਨ ਜਾਂ ਮਹੀਨਾ ਵੀ ਕਹਿ ਲਓ ਕਿ ਇੱਕ ਟਾਈਮ ਪੀਰੀਅਡ ਆ ਉਹਨੂੰ ਜੱਜ ਕਰ ਲਈ ਕਿ ਗਾਣਾ ਚੱਲਿਆ ਜਾਂ ਨਹੀਂ ਤੇ ਵਰਤ ਮੈਨੂੰ ਲੱਗਦਾ ਬਹੁਤ ਸਾਲ ਵੀ ਹੋ ਜਾਂਦੇ ਅਦੋਂ ਲੋਕਾਂ ਨੂੰ ਕਲਿੱਕ ਹੁੰਦਾ ਹੈ ਗਾਣਾ ਹੈਨਾ ਬਹੁਤ ਗਾਣੇ ਦਾਦੇ ਵੀ ਹੋਏ ਬਿਲਕੁਲ ਹਾਂ ਇਦਾਂ ਦੇ ਕਈ ਗਾਣੇ ਆ ਜਿਹੜੇ ਆਪਾਂ ਆਪਣੇ ਧਿਆਨ ਚੋਂ ਵੀ ਨਿਕਲੇ ਜਾਂਦੇ ਹ ਪਰ ਉਹ ਬਾਅਦ ਚ ਨੋਟਿਸ ਹੁੰਦੇ ਆ ਸਾਲ ਸਾਲ ਦੋ ਸਾਲ ਬਾਅਦ ਸੋ ਉਹੀ ਆ ਕੇ ਗਾਣੇ ਨੂੰ ਮੈਨੂੰ ਲੱਗਦਾ ਟਾਈਮ ਦੇਣਾ ਚਾਹੀਦਾ ਆ ਤੇ ਲਾਲਾ ਲਾਲਾ ਕਿੰਨੇ ਟਾਈਮ ਬਾਅਦ ਕਲਿੱਕ ਹੋਇਆ ਸੀ ਲੋਕਾਂ ਨੂੰ ਕਿੰਨੇ ਟਾਈਮ ਆ ਤੁਹਾਨੂੰ ਪਤਾ ਚੱਲੇ ਉਹ ਤੇ ਉਹਨਾਂ ਨੂੰ ਤੇ 2-4 ਦਿਨ ਬਾਅਦ ਮੈਨੂੰ ਲੱਗਦਾ ਲੱਗਣ ਲੱਗ ਪਿਆ ਸੀ ਵੀ ਗਾਣਾ ਚੱਲਿਆ ਆ ਪਰ ਮੈਂ ਥੋੜਾ ਜਿਹਾ ਪਤਾ ਨਹੀਂ ਮੈਂ ਜ਼ਿਆਦਾ ਓਵਰ ਥਿੰਕ ਕਰਾਂ ਮੈਨੂੰ ਲੱਗਦਾ ਤੇ ਮੈਨੂੰ ਮੈਂ ਮੈਨੂੰ ਯਕੀਨ 10-15 ਦਿਨ ਬਾਅਦ ਹੋਇਆ ਕਿ ਹਾਂ ਥੋੜਾ ਜਿਹਾ ਪਿੱਕ ਕਲਿੱਕ ਹੋ ਗਿਆ ਗਾਣਾ ਜ ਮੇਰਾ ਪਤਾ ਲੱਗਾ ਲੋਕਾਂ ਨੂੰ ਕਿ ਮੈਂ ਗਾਣਾ ਕੀਤਾ ਆ ਜਾਂ ਮੇਰੇ ਪਹਿਲਾਂ ਲਿਖੇ ਆਏ ਆ ਤੇ ਮੈਨੂੰ 10-15 ਦਿਨ ਬਾਅਦ ਆਪਣੇ ਆਪ ਨੂੰ ਮਹਿਸੂਸ ਹੋਇਆ ਕਿ ਹਾਂ ਠੀਕ ਆ ਹੁਣ ਚੱਲਣ ਲੱਗਿਆ ਅੱਛਾ ਇੱਕ ਤਾਂ ਲਿਖਾ ਰਹੀ ਉਹ ਪਰ ਓਵਰ ਥਿੰਕਰ ਕੀ ਕੀ ਚੀਜ਼ਾਂ ਲਿਖ ਦਿੰਦੇ ਹੋ ਇਹ ਦੱਸੋ ਕੀ ਚੀਜ਼ ਵੀ ਮਾਰੇ ਜ਼ਿਆਦਾ ਘਾਲੋ ਲਿਖਦੇ ਆ ਮੈਂ ਜੇ ਆਪਣੇ ਆਪ ਲਈ ਲਿਖਾਂ ਤੇ ਮੈਂ ਉਹੀ ਆ ਜਿੱਦਾਂ ਮੈਂ ਇੰਸਟਾਗ੍ਰam ਕੈਪਸ਼ਨਸ ਹੁੰਦੀਆਂ ਜਾਂ ਕੁਛ ਇੱਕ ਮੈਂ ਤੁਸੀਂ ਬਹੁਤ ਲਿਖਦੇ ਵੀ ਹਾਂ ਹਾਂਜੀ ਖਿਲਰੇ ਵਰਕੇ ਕਰਕੇ ਇੱਕ ਟਾਈਟਲ ਜਿਹਾ ਆ ਉਹ ਪਤਾ ਨਹੀਂ ਕਿੱਥੋਂ ਆਇਆ ਕਿੱਦਾਂ ਆਇਆ ਮੈਂ ਉਹਦੇ ਹਨਾ ਉਹ ਪਾ ਕੇ ਕੁਛ ਵੀ ਲਿਖ ਦਿੰਨਾ ਪੰਜ-ਛਤ ਲਾਈਨਾਂ ਮੈਨੂੰ ਪਰਸਨਲੀ ਉਹ ਚੀਜ਼ਾਂ ਵਧੀਆਂ ਲੱਗਦੀਆਂ ਲਿਖਣੀਆਂ ਤੇ ਪਰ ਜੇ ਕਮਰਸ਼ੀਅਲੀ ਸਾਰਾ ਕੁਝ ਕੌਫੀ ਤੇ ਗਾਣੇ ਆ ਜਿੰਨਾ ਵੀ ਹੋ ਸਕਦਾ ਆਪਣੇ ਵੱਲੋਂ ਤੇ ਬੈਸਟ ਕਰੀਦਾ ਕਿ ਕੋਈ ਵੀ ਕੋਈ ਵਧੀਆ ਅੱਖਰ ਪੈ ਜੇ ਕੋਈ ਨਵਾਂ ਅੱਖਰ ਪੈ ਜੇ ਜਾਂ ਕੋਈ ਲਾਈਨ ਵਧੀਆ ਪੈ ਜੇ ਗਾ ਤੋ ਖਿਲਰੇ ਵਰਕਿਆਂ ਚ ਕੁਝ ਸੁਣ ਸਕਦੇ ਆ ਆਪਾਂ ਇਸ ਵੇਲੇ ਬਿਲਕੁਲ ਸੁਣ ਸਕਦੇ ਹੋ ਤੁਸੀਂ ਤੇ ਪਰ ਮੈਨੂੰ ਪੜ੍ਹ ਕੇ ਸੁਣਾਉਣਾ ਪਊ ਕੋਈ ਕੋਈ ਗੱਲ ਮੈਂ ਉਹ ਐਨ ਮੈਨੂੰ ਪਤਾ ਕਿਸੇ ਨੂੰ ਸਮਝ ਆਵੇ ਜਾਂ ਕੀ ਆ ਹਨਾ ਉਹ ਕੁਝ ਇੰਦਾ ਜਿਹਾ ਲਿਖ ਲੈਣਾ ਮੈਂ ਮੈਂ ਰੀਸੈਂਟਲੀ ਚੀਜ਼ ਸ਼ੇਅਰ ਕੀਤੀ ਮੈਂ ਉਹ ਸੁਣਾ ਦਿੰਨਾ ਤੁਹਾਨੂੰ ਜੀ ਕਿ ਇਹ ਹਾਲਾਤ ਇਹ ਜਗ੍ਹਾ ਇਹ ਸਮਾਂ ਪਹਿਲੀ ਵਾਰ ਨਹੀਂ ਵੇਖ ਰਿਆ ਮੈਂ ਛੱਡ ਗਿਆ ਦਾ ਗਮ ਜ਼ਰੂਰ ਆ ਪਰ ਗੁੱਸਾ ਕੋਈ ਨਹੀਂ ਕਿਉਂਕਿ ਕਿਸੇ ਆਪਣੇ ਨੂੰ ਗੁੱਸੇ 'ਚ ਕਈ ਇੱਕ ਗੱਲ ਵੀ ਲੰਮੀ ਚੁੱਪ ਦਾ ਕਾਰਨ ਬਣ ਸਕਦੀ ਆ ਸ਼ਾਇਦ ਜ਼ਿੰਦਗੀ ਭਰ ਦੀ ਚੁੱਪ ਤੇ ਵੈਸੇ ਵੀ ਜ਼ਿੰਦਗੀ ਦਾ ਪੜਾ ਹੁਣ ਉੱਥੇ ਆ ਇਹ ਮੇਰੀ ਪਰਸਨਲੀ ਥਾਟ ਆ ਨਾ ਕਿ ਵੈਸੇ ਵੀ ਜ਼ਿੰਦਗੀ ਦਾ ਪੜਾ ਹੁਣ ਉੱਥੇ ਆ ਜਿੱਥੇ ਬਾਕੀ ਰਹਿਂਦੀ ਜ਼ਿੰਦਗੀ ਨਾਲੋਂ ਜ਼ਿਆਦਾ ਅਸੀਂ ਘੱਟ ਚੁੱਕੇ ਆ ਤੇ ਹੋ ਸਕਦਾ ਇਹ ਪੜਾ ਅਖੀਰਲਾ ਵੀ ਹੋਵੇ ਪਰ ਖੈਰ ਜਿਉਣ ਦੀ ਗੱਲ ਕਰੀਏ ਤੇਰੇ ਨਾਲ ਜਿਉਣ ਦੀ ਜਾਂ ਤੇਰੇ ਲਈ ਜਿਉਣ ਦੀ ਕਿਉਂਕਿ ਮੇਰਾ ਦਿਲ ਕਹਿੰਦਾ ਕਿਸੇ ਨੂੰ ਪਾ ਲੈਣਾ ਇਸ਼ਕ ਨਹੀਂ ਹੁੰਦਾ ਇਸ਼ਕ ਹੁੰਦਾ ਕਿਸੇ ਦੇ ਹੋ ਜਾ ਇਹ ਇਹ ਤੋ ਬਹੁਤ ਵਧੀਆ ਲਿਖਦੇ ਹੋ ਤੁਸੀਂ ਇਹ ਥਾਟਸ ਕਦੋਂ ਆਉਂਦੇ ਤੁਹਾਨੂੰ ਲੱਗਦਾ ਐਂ ਬਸ ਲਾਈਨਾਂ ਦੀਆਂ ਜੋ ਮੇਰੇ ਹੁੰਦਾ ਦਿਮਾਗ 'ਚ ਮੈਂ ਇਕੱਠੀਆਂ ਕਰ ਲੈਣਾ ਕੀ ਕਦੀ ਠੋਕਰ ਲੱਗੀ ਐ ਪਿਆਰ ਦੇ ਵਿੱਚ ਠੋਕਰਾਂ ਲੱਗਦੀਆਂ ਰਹਿੰਦੀਆਂ ਆ ਜੀ ਹੁਣ ਮਨੋਖੀਆਂ ਪਿਆਰ ਵੀ ਹੁੰਦਾ ਠੋਕਰਾਂ ਵੀ ਲੱਗਦੀਆਂ ਤੇ ਬਸ ਇਦਾਂ ਹੀ ਆ ਜਦੋਂ ਕੁਝ ਚੇਤੇ ਕਰ ਲਈਦਾ ਲਿਖ ਲਈਦਾ ਮਾੜਾ ਮੋਟਾ ਜ਼ਿਆਦਾ ਤਾਂ ਚੇਤੇ ਹੁੰਦੀਆਂ ਚੀਜ਼ਾਂ ਨਹੀਂ ਜ਼ਿਆਦਾ ਹੀ ਆਉਂਦੀਆਂ ਉਦਾਂ ਦੇ ਚੇਤੇ ਆਉਂਦੀਆਂ ਰਹਿੰਦੀਆਂ ਕਿਉਂਕਿ ਮੈਂ ਦੱਸਿਆ ਮੈਂ ਓਵਰਥਿੰਕ ਕਰਾਂ ਮੈਂ ਬਹੁਤ ਜ਼ਿਆਦਾ ਸੋਚਦਾ ਜੋ ਜਿਹੜਾ ਜਿਹੜੀ ਗੱਲ ਹੋ ਚੁੱਕੀ ਆ ਜਾਂ ਬੀਤਿਆ ਸਮਾਂ ਉਹਦੇ ਬਾਰੇ ਵੀ ਜ਼ਿਆਦਾ ਸੋਚਦਾ ਜਾਂ ਜਿਹੜਾ ਮੇਰਾ ਫਿਊਚਰ ਆ ਮੈਂ ਉਹਦੇ ਬਾਰੇ ਵੀ ਬਹੁਤ ਜ਼ਿਆਦਾ ਸੋਚਦਾ ਮੈਨੂੰ ਲੱਗਦਾ ਨਹੀਂ ਸੋਚਣਾ ਚਾਹੀਦਾ ਪਰ ਮੈਂ ਜ਼ਿਆਦਾ ਸੋਚਦਾ ਤੁਸੀਂ ਮਾਝੇ ਵਾਲੀ ਸਾਈਡ ਤੋਂ ਆ ਨਾ ਮਾਝੇਲ ਅਸੀਂ ਦੇਖਿਆ ਬਹੁਤ ਟ੍ਰੈਂਡ 'ਚ ਚੱਲ ਰਿਹਾ ਹੈ ਅੱਜਕੱਲ ਤੁਸੀਂ ਤੁਸੀਂ ਕੀ ਸਮਝਦੇ ਹੋ ਤੁਹਾਡੇ ਹਿਸਾਬ ਦੇ ਨਾਲ ਕੀ ਚੀਜ਼ ਹੈ ਕਿ ਅੱਜਕੱਲ ਹਰ ਕੋਈ ਮਾਝਿਆ ਨਾਲ ਦੇ ਗੀਤ ਸੁਣਨਾ ਪਸੰਦ ਕਰਦਾ ਤੇ ਮਾਜਾ ਮਾ ਮੱਝਾ ਵਾਲੇ ਉਹੀ ਇੱਕ ਤਾਂ ਮੁੰਡੇ ਸੋਹਣੇ ਸੁਨਖੇ ਲੰਮੇ ਆ ਤੇ ਬਾਕੀ ਗਾਣੇ ਮੈਨੂੰ ਇਦਾਂ ਇੱਥੇ ਤੇ ਬਾਕੀ ਚਲੇ ਦੁਆਬੇ ਵਾਲੇ ਤੇ ਮਾਲਵੇ ਵਾਲੇ ਕਰ ਲੱਗਾ ਕਿ ਜਿਹੜੇ ਗਾਣੇ ਆ ਨਾ ਗਾਣੇ ਮੈਨੂੰ ਲੱਗਦਾ ਆਪਾਂ ਇੱਕ ਸਪੈਸੀਫਿਕ ਉਹਦੇ ਲਈ ਨਹੀਂ ਬਣਾਉਨੇ ਜ਼ੋਨ ਲਈ ਕਿ ਮੱਝੇ 'ਚ ਚੱਲਣ ਜਾਂ ਉਦਾਂ ਇੱਕ ਉਹ ਤਾਂ ਦੀ ਆਪਣੀ ਫੀਲ ਹੁੰਦੀ ਆ ਕਿ ਚਲੋ ਆਪਾਂ ਉਸ ਏਰੀਆ ਤੋਂ ਬਿਲੋਂਗ ਕਰਦੇ ਆਂ ਸ਼ੁਰੂ ਸ਼ੁਰੂ ਸਾਨੂੰ ਐ ਹੁੰਦਾ ਹੀਗਾ ਕਿ ਹਾਂ ਇੱਥੋਂ ਬਿਲੋਂਗ ਕਰਦੇ ਸੀ ਪਾ ਲੈਨੇ ਆ ਸਾਡੇ ਨਾਲ ਲੋਕ ਜੁੜ ਜਾਣਗੇ ਥੋੜੇ ਜੀ ਪਰ ਹੁਣ ਜੇ ਆਪਾਂ ਵੇਖੀ ਆਪਾਂ ਗਾਣਾ ਤੇ ਬਣਾਉਨੇ ਆ ਨਾ ਇੰਟਰਨੈਸ਼ਨਲੀ ਤੁਹਾਡੀ ਚੀਜ਼ ਹਿੱਟ ਉਹ ਇੱਕ ਜਸਟ ਉਹੀ ਆ ਕਿ ਐਟੀਟਿਊਡ ਇੱਕ ਫੀਲ ਜੀ ਆ ਕਿ ਪਾ ਲਈ ਦੀ ਉਹ ਲਾਈਨ ਵਧੀਆ ਲੱਗਦੀ ਆ ਜਾਂ ਕਹਿ ਲਓ ਜਿੱਦਾਂ ਆਪਾਂ ਯੈਲੋ ਬੱਸ ਵਾਲੀ ਗੱਲ ਕਰਦੇ ਹਾਂ ਕਿ ਉਮਰ ਸਰ ਨਾਲ ਰਿਲੇਟ ਕਰਦੀ ਉੱਥੋਂ ਉਹਦੇ ਨਾਲ ਇਹ ਆ ਕਿ ਪਿਕ ਕੋਣੀ ਛੇਤੀ ਸ਼ੁਰੂ ਹੋ ਜਾਂਦੀ ਹੈ ਐਟ ਲੀਸਟ ਇੱਕ ਪਾਰਟਿਕੂਲਰ ਏਰੀਆ ਜਿੱਥੋਂ ਤੁਸੀਂ ਛੇਤੀ ਪਿਕ ਹੋਣਾ ਸ਼ੁਰੂ ਹੋ ਕੇ ਫਿਰ ਛੇਤੀ ਟਰੈਵਲ ਕਰ ਸਕਦੇ ਹੋ ਮੈਨੂੰ ਲੱਗਦਾ ਉਹਨਾਂ ਕੀ ਆ ਬਾਕੀ ਉਹ ਨਹੀਂ ਆ ਕੋਈ ਵੰਡ ਨਹੀਂ ਆ ਕਿ ਮਾਝਾ ਮਾਲਵਾ ਦਾ ਬਾਬਾ ਆਰਟਿਸਟ ਤੇ ਮਿਲਦਾ ਸਾਂਝਾ ਹੀ ਆ ਤੇ ਆਰਟਿਸਟ ਚਾਹਦਾ ਵੀ ਆ ਵੀ ਮੈਂ ਇਕੱਲੇ ਮਾਝੇ 'ਚ ਨਾ ਚੱਲਾਂ ਮੈਂ ਸਾਰੇ ਹਨਾ ਵਰਲਡ ਵਾਈਡ ਚੱਲਾਂ ਜਾਂ ਕਿੱਦ ਸੋ ਉਹ ਹੀ ਆ ਜਸਟ ਉਹ ਹੀ ਆ ਕਿ ਮੁੰਡੇ ਇੱਕ ਐਟੀਟਿਊਡ ਜੇ ਨਾ ਆਈ ਜਾਂਦੇ ਵਧੀਆ ਚੱਲ ਜਾਂਦੇ ਮੁੰਡਾ ਨਾਵਲ ਵਰਗਾ ਇਹ ਇਹਦੇ ਲਿਖਣ ਪਿੱਛੇ ਕੋਈ ਖਾਸ ਰੀਜ਼ਨ ਹੈ ਕੋਈ ਖਾਸ ਵਜ੍ਹਾ ਰੀਜ਼ਨ ਐਸ ਸੱਚ ਕੋਈ ਖਾਸ ਨਹੀਂ ਆ ਪਰ ਮੈਨੂੰ ਇੱਕ ਉਹ ਹੀ ਆ ਫਰੇਜ਼ ਜਿਆ ਵਧੀਆ ਲੱਗਦਾ ਹੈ ਮੁੰਡਾ ਨਾਵਲ ਵਰਗਾ ਮੈਨੂੰ ਲੱਗਦਾ ਮੈਂ ਕਿਤੇ ਪੜਿਆ ਹੀਗਾ ਜਾਂ ਇੱਕ ਮੈਂ ਕੋਈ ਗੱਲ ਪੜ੍ਹੀ ਹੀ ਕਿ ਪਤਾ ਨਹੀਂ ਕੀ ਦੀ ਲਿਖੀ ਮੈਨੂੰ ਸੌਰੀ ਮੈਂ ਪੜਿਆ ਬਹੁਤ ਘੱਟ ਹਾਂ ਹਨਾ ਕਿਤਾਬਾਂ ਨਹੀਂ ਪੜੀਆਂ ਨਾ ਮੈਂ ਸ਼ਾਇਰ ਪੜ੍ਹੇ ਨਾ ਕਵੀ ਪੜ੍ਹਿਆ ਤੇ ਮੈਂ ਇਦਾਂ ਰੈਂਡਮਲੀ ਕਿਤੇ ਲਾਈਨ ਪੜ੍ਹੀ ਕਿ ਕਵਿਤਾ ਵਰਗੀ ਕੁੜੀਏ ਤੈਨੂੰ ਇੱਕ ਨਾਵਲ ਵਰਗਾ ਮੁੰਡਾ ਚੇਤੇ ਕਰਦਾ ਹੈਗਾ ਤੇ ਉਹ ਚੀਜ਼ ਮੈਨੂੰ ਲੱਗਦਾ ਮੇਰੇ ਦਿਮਾਗ 'ਚ ਬੈਠੀ ਆ ਮੈਂ ਉਹ ਮੈਨੂੰ ਵਧੀਆਂ ਲੱਗਾ ਵਰਡ ਜਿਆ ਮੈਂ ਆਪਣੇ ਨਾਮ ਨਾਲ ਜੋੜ ਲਿਆ ਤੇ ਮੈਂ ਗਾਣਾ ਵੀ ਬਣਾਇਆ ਉਹ ਮੈਂ ਆਉਣ ਵਾਲੇ ਟਾਈਮ 'ਚ ਕਰੂੰਗਾ ਜਿੱਦਾਂ ਮੈਂ ਦੱਸਿਆ ਮੈਂ ਸੈਡ ਰੋਮਾਂਟਿਕ ਗਾਣੇ ਕਰੂੰਗਾ ਜਦੋਂ ਥੋੜਾ ਜਿਹਾ ਮੇਰਾ ਸਿਸਟਮ ਜਿਆ ਸੈੱਟ ਹੋ ਗਿਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇਕਰ ਤੁਸੀਂ ਇੱਕ ਆਪਣਾ ਸਟਾਰਟਿੰਗ ਵਿੱਚ ਹੀ ਜਨਰ ਜਿਹੜਾ ਸੈੱਟ ਕਰ ਦਿੰਦੇ ਹੋ ਕਿ ਮੈਂ ਮੈਂ ਇਸ ਫੀਲ ਦੇ ਗਾਣੇ ਜ਼ਿਆਦਾ ਗਾਉਣਾ ਫਿਰ ਲੋਕੀ ਕਈ ਵਾਰ ਅਗਲੀ ਚੀਜ਼ ਤੁਸੀਂ ਕੁਝ ਐਕਸਪੈਰੀਮੈਂਟਲ ਕਰੋ ਲੋਕ ਨਹੀਂ ਐਕਸੈਪਟ ਕਰਦੇ ਜਾਂ ਇਸ ਚੀਜ਼ ਦਾ ਤੁਸੀਂ ਬਿਲਕੁਲ ਤੁਹਾਨੂੰ ਕੋਈ ਟੈਨਸ਼ਨ ਨਹੀਂ ਇਸ ਚੀਜ਼ ਦੀ ਕਿ ਮੈਂ ਜੋ ਕਰਨਾ ਹੈ ਆਪਣੇ ਦਿਲ ਦੇ ਹਿਸਾਬ ਨਾਲ ਕਰਨਾ ਹੈ ਨਹੀਂ ਆ ਸਹੀ ਆ ਥੋੜਾ ਔਖਾ ਤੇ ਹੁੰਦਾ ਹੈ ਦੁਬਾਰਾ ਤੁਸੀਂ ਆਪਣੇ ਆਪ ਨੂੰ ਇੱਕ ਜਦੋਂ ਇਮੇਜ ਬਣਾ ਲੈਂਦੇ ਹੋ ਪਰ ਮੈਨੂੰ ਲੱਗਦਾ ਮੇਰੇ ਲਈ ਅਜੇ ਇਮੇਜ ਕੋਈ ਬਣੀ ਨਹੀਂ ਆ ਮੇਰੇ ਇੱਕ ਦੋ ਗਾਣੇ ਆਏ ਆ ਤੇ ਉਹ ਦੋਵੇਂ ਤਿੰਨੇ ਡਿਫਰੈਂਟ ਹੀ ਐ ਇੱਕ ਦੂਜੇ ਤੋਂ ਜੇ ਲੋਕ ਤੁਹਾਨੂੰ ਇਦਾਂ ਸੁਣਨਾ ਪਸੰਦ ਕਰਦਣ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਕਰਨਾ ਵੀ ਚਾਹੀਦਾ ਐਜ਼ ਅ ਆਰਟਿਸਟ ਤੁਸੀਂ ਦਿੰਦੇ ਰਹੋ ਵੱਖ-ਵੱਖ ਜੈਨਰ ਜਿਹੜਾ ਉਹ ਪਸੰਦ ਕਰਦੇ ਉਹ ਜ਼ਿਆਦਾ ਦੇ ਦਿਓ ਜਿਹੜਾ ਤੁਹਾਡੀ ਪਸੰਦ ਆ ਉਹ ਵਿੱਚ ਵਰਦੋਆਂ ਚਾਹਾਂ ਗੀਤਾਂ ਬਾਅਦ ਇੱਕ ਅਦਾ ਗੀਤ ਕਰ ਲਓ ਕਮ ਸੇ ਕਮ ਆਪਣੀ ਸੈਟੀਸਫੈਕਸ਼ਨ ਲਈ ਜਾਂ ਮੈਨੂੰ ਲੱਗਦਾ ਹੈ ਹਰੇਕ ਗੀਤ ਦੀ ਆਡੀਅנס ਹੁੰਦੀ ਆ ਪਰ ਕਈਆਂ ਗੀਤਾਂ ਦੀ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਤੁਸੀਂ ਐਂ ਕਹਿ ਲਓ ਕਿ ਤੁਹਾਡੇ ਹਿੱਟ ਹੋ ਗਿਆ ਜਿੱਦੀ ਥੋੜੀ ਆਡੀਅנס ਆ ਕਿਤੇ ਨਾ ਕਿਤੇ ਤੁਹਾਨੂੰ ਰਾਹ ਗਲੀ ਜਾਂਦੇ ਆ ਜਾਂ ਕਿਤੇ ਸ਼ੋਅ ਤੇ ਜਾਂ ਅਜੇ ਮੈਂ ਤੇ ਚਲੋ ਸ਼ੋਅ ਲਾਇਆ ਨਹੀਂ ਆ ਮਤਲਬ ਕਿਤੇ ਵੀ ਟਰੈਵਲ ਕਰਦੇ ਆ ਤੁਹਾਨੂੰ ਆਡੀਅੰਸ ਇਦਾਂ ਦੀ ਮਿਲ ਜਾਂਦੀ ਆ ਕਿ ਹਾਂ ਵੀ ਵੀਰੇ ਤੁਹਾਡਾ ਫਲਾਣਾ ਗਾਣਾ ਹੀ ਬਹੁਤ ਸੁਣਿਆ ਮੈਨੂੰ ਲੱਗਦਾ ਉਹ ਉਹਨਾਂ ਚੀਜ਼ਾਂ ਲਈ ਉਹੀ ਬਹੁਤ ਹੁੰਦਾ ਹੈ ਕਿ ਹਾਂ ਸਾਡੀ ਚੀਜ਼ ਐਪਰੀਸ਼ੀਏਟ ਤੇ ਹੁੰਦੀ ਆ ਜੋ ਆਪਾਂ ਆਪਣੇ ਦਿਲੋਂ ਕਰਦੇ ਹਾਂ ਕਾਲੋ ਨੇ ਜਿਹੜਾ ਆਪਣਾ ਕੈਰੀਅਰ ਐਜ਼ ਅ ਲੈਸਨ ਲੈਟਿਸ ਸਟਾਰਟ ਕੀਤਾ ਸੀ 인 డిమాండ్ ਗੀਤ ਤੋਂ ਹੈਨਾ ਸੋ 인 డిమాండ్ ਗੀਤ ਤੇ ਲੋਕਾਂ ਨੂੰ ਬਹੁਤ ਪਸੰਦ ਵੀ ਆਇਆ ਸੀ ਜੋ ਕਿ ਨਵਾਨ ਸੰਧਰ ਨੇ ਗਾਇਆ ਸੀ ਔਰ ਉਸ ਤੋਂ ਬਾਅਦ ਤੁਸੀਂ ਬਹੁਤ ਸਾਰੇ ਗੀਤ ਲਿਖੇ ਵੀ ਔਰ ਅਨਜੀਤ ਬਾਵਾ ਲਈ ਵੀ ਗੀਤ ਲਿਖਿਆ ਹੈ ਉਸ ਤੋਂ ਬਾਅਦ ਨਵਾਨ ਲਈ ਸਿੱਕ ਟੋਨ ਕਰਕੇ ਜਿਹੜਾ ਹੈ ਗੀਤ ਉਹ ਵੀ ਬਹੁਤ ਚੱਲਿਆ ਸੀਗਾ ਸੋ ਹੁਣ ਆਬਵੀਅਸਲੀ ਲੋਕਾਂ ਨੇ ਤੁਹਾਡੇ ਗੀਤ ਤਾਂ ਸੁਨੇ ਹੁਣ ਜਦੋਂ ਆਪਣਾ ਗਾਣਾ ਤੁਹਾਡਾ ਪਟਵਾਰੀ ਆਇਆ ਜਾਂ ਲਾਲਾ ਲਾਲਾ ਆਇਆ ਤੇ ਲੋਕਾਂ ਨੇ ਤੁਹਾਨੂੰ ਪਹਿਚਾਨਣਾ ਸ਼ੁਰੂ ਕੀਤਾ ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਹੋ ਤੇ ਤੁਹਾਨੂੰ ਪਹਿਚਾਨਦੇ ਆ ਕਿਤੇ ਕਲੱਬ ਵਿੱਚ ਜਾਂਦੇ ਹੋ ਗਾਣਾ ਲੱਗਿਆ ਹੋਵੇ ਤੇ ਜਾਣਦੇ ਹੋ ਨੇ ਕਿ ਇੱਥੇ ਜਿਨ੍ਹਾਂ ਨੇ ਗਾਇਆ ਉਹ ਸਾਡੇ ਵਿੱਚ ਹੀ ਬੈਠੇ ਹੋਏ ਨੇ ਹਾਂਜੀ ਐਜ਼ ਅ ਲੀਰਿਸਿਸਟ ਮੈਂ ਜਿੱਦਾਂ ਤੁਹਾਨੂੰ ਦੱਸਿਆ ਇਨ ਡਿਮਾਂਡ ਤੋਂ ਪਹਿਲਾਂ ਦੋ ਤਿੰਨ ਗਾਣੇ ਆਏਗੇ ਪਰ ਵਧੀਆ ਤਰੀਕੇ ਨਾਲ ਇੱਕ ਜਿੱਦਾਂ ਕਹਿ ਲਓ ਪਲੇਟਫਾਰਮ ਇਨ ਡਿਮਾਂਡ ਤੋਂ ਮਿਲਿਆ ਹੈਗਾ ਤੇ ਜਿੱਥੋਂ ਤੱਕ ਪਛਾਣਣ ਦੀ ਗੱਲ ਆ ਲਾਲਾ ਲਾਲਾ ਤੋਂ ਬਾਅਦ ਥੋੜਾ ਜਿਹਾ ਕਦੇ-ਕਦੇ ਮੈਨੂੰ ਫੀਲ ਹੁੰਦਾ ਆ ਜਿਆਦਾ ਨਹੀਂ ਮੈਂ ਅ ਜੇ ਇਦਾਂ ਨਹੀਂ ਆ ਕਿ ਲੋਕ ਤੁਹਾਨੂੰ ਚੁੰਬੜ ਜਾਂਦੇ ਆਣ ਕੇ ਅਜੇ ਬਸ ਇਨਾ ਕਿ ਕਿਤੇ-ਕਿਤੇ ਕਿਤੇ ਬੈਠੀ ਹੋਈ ਆ ਇਦਾਂ ਫੀਲ ਜ਼ਰੂਰ ਹੁੰਦਾ ਆ ਕਿ ਕੋਈ ਬੰਦਾ ਤੁਹਾਡੇ ਵੱਲ ਵੇਖਦਾ ਆ ਜਾਂ ਹਨਾ ਤੁਹਾਨੂੰ ਰਿਕੋਗਨਾਈਜ਼ ਕਰਨ ਦੀ ਉਹ ਟਰਾਈ ਕਰਦਾ ਜਾਂ ਲੱਗਦਾ ਆ ਕਿ ਹਾਂ ਇਹ ਤੁਹਾਨੂੰ ਪਛਾਨਣ ਰਿਆ ਪਰ ਅਜੇ ਲੋਕ ਝੱਕਦੇ ਆ ਕਿਉਂਕਿ ਮੈਂ ਮੈਨੂੰ ਲੱਗਦਾ ਅਜੇ ਉਸ ਤਰੀਕੇ ਨਾਲ ਮੇਰੀ ਫੇਸ ਵੈਲਿਊ ਬਣੀ ਨਹੀਂ ਇੱਕ ਦੋ ਗਾਣਿਆਂ ਤੋਂ ਤੇ ਉਹ ਕਈ ਵਾਰੀ ਲੋਕ ਆਣ ਕੇ ਪੁੱਛ ਲੈਂਦੇ ਆ ਉਹ ਫਿਰ ਇੰਸਟਾਗ੍ਰਾਮ ਤੋਂ ਫੋਟੋ ਪਛਾਨਣਦੇ ਆ ਕਿ ਆ ਤੁਹਾਡੀ ਫੋਟੋ ਆ ਸਾਨੂੰ ਐ ਲੱਗਾ ਤੁਸੀਂ ਮੈਂ ਜ਼ਿਆਦਾ ਨਹੀਂ ਅਜੇ ਰੀਅਰ ਕੇਸ ਸੀਜ਼ਨ ਦੇ ਆ ਇਦਾਂ ਦੇ ਤੇ ਮੈਨੂੰ ਲੱਗਦਾ ਅੱਗੇ ਜਾ ਕੇ ਇਹ ਐਕਸਪੀਰੀਅੰਸ ਜ਼ਿਆਦਾ ਕਰਨ ਨੂੰ ਮਿਲੂਗਾ ਫਿਰ ਉਦੋਂ ਮੈਂ ਜ਼ਿਆਦਾ ਵਧੀਆ ਦੱਸ ਸਕੂੰਗਾ ਅੱਛਾ ਨਵਾਨ ਨਾਲ ਕਿਵੇਂ ਮੁਲਾਕਾਤ ਹੋਈ ਸੀ ਤੁਹਾਡੀ ਅ ਨਵਾਨ ਦੇ ਨਾਲ ਮੈਂ ਇਹ ਕਹਿ ਸਕਦਾ ਕਿ ਅਸੀਂ ਇੱਕ ਦੂਜੇ ਨੂੰ ਕੰਮ ਕਰਕੇ ਹੀ ਜਾਣਦੇ ਕਿ ਜਾਂ ਉਹ ਗਾਉਂਦਾ ਜਾਂ ਮੈਂ ਸ਼ੁਰੂ ਤੋਂ ਐਜ਼ ਅ ਰਾਈਟਰ ਕਰਨਾ ਹੈਗਾ ਜਾਂ ਕੁਝ ਵੀ ਇਦਾਂ ਦਾ ਨਹੀਂ ਕੁਝ ਵੀ ਸਾਡਾ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸਾਡਾ ਤਾਂ ਗਾਣਾ ਇਕੱਠੇ ਬਣ ਗਿਆ ਕਿਉਂਕਿ ਮੈਂ ਵੀ ਉਦੋਂ ਗਾਣੇ ਕਰ ਲਈ ਹਨਾ ਆਪਣਾ ਤੁਰਿਆ ਫਿਰਦਾ ਹਿੰਗਾ ਵਕ ਵਕ ਸਟੂਡੀਓ ਜਾਂਦਾ ਹਾਂ ਕੁਛ ਵੀ ਨਵਾਂ ਨਵੀਂ ਤੇ ਰੈਂਡਮਲੀ ਆਪਾਂ ਮਿਲ ਗਏ ਸਾਨੂੰ ਇੱਕ ਦੂਜੇ ਨੂੰ ਪਤਾ ਲੱਗਾ ਕਿ ਅਸੀਂ ਸਾਹੀ ਨੇੜੇ ਨੇੜੇ ਦੇ ਪਿੰਡ ਦੇ ਆ ਉਹ ਫਿਰ ਇੱਕ ਬੌਂਡਿੰਗ ਵਧੀਆ ਹੋ ਗਈ ਹਨਾ ਰੋਜ਼ ਮਿਲਣਾ ਆਪੇ ਕਦੀ ਉਹ ਮੇਰੇ ਪਿੰਡ ਆ ਗਿਆ ਮੋਦੇ ਪਿੰਡ ਚੱਲ ਗਿਆ ਤੇ ਉਸ ਤੋਂ ਬਾਅਦ ਜਿਹੜਾ ਇਨ ਡਿਮਾਂਡ ਗਾਣਾ ਹੈਗਾ ਉਹ ਉਹ ਵੀ ਇਦਾਂ ਹੀ ਕੁਦਰਤੀ ਬਣਿਆ 2017 ਵਿੱਚ ਆਇਆ ਸੀ ਇਨ ਡਿਮਾਂਡ ਹਾਂਜੀ ਆਇਆ 2017 ਜੀ ਪਰ ਉਹ ਗਾਣਾ ਸੀ 2014 ਤੋਂ ਬਣਾਉਂਦੇ ਫਿਰਦੇ ਸੀ ਓਕੇ ਤੇ 2004, 2014 ਹਾਂ 2014 ਤੋਂ ਨਵਾਨ ਨੂੰ ਹੈਨਾ ਇਦਾਂ ਕੋ ਵਾਹ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹਿੰਦਾ ਹੈ ਉਹਨੂੰ ਲਾਈਨ ਪਸੰਦੀ ਹੈ ਅਸੀਂ ਗੱਭਰੂ ਡਿਮਾਂਡ ਤੇ ਬਣਾਏ ਹੋਏ ਆ ਡਿਸਕਾਊਂਟ ਤੇ ਨਹੀਂ ਮਿਲਨੇ ਫਿਰ ਉਹ ਦਾ ਇੱਕ ਉਹਦੀ ਨਵਾਨ ਦੀ ਸਿਫਤ ਜਰੂਰ ਆ ਕਿ ਉਹ ਗਾਣੇ ਨੂੰ ਪੰਨ ਤੋੜ ਬਹੁਤ ਕਰਦਾ ਜਿਦਾਂ ਆਪਾਂ ਨਾਰਮਲੀ ਕਿਸੇ ਨੂੰ ਗਾਣਾ ਦੇ ਤਾਂ ਕਿਨੇ ਸਾਡੇ ਕੋਈ ਗਾਣਾ ਲੈ ਲਿਆ ਤੇ ਉਹ ਐਸ ਇਟ ਇਜ਼ ਹੀ ਕਈ ਵਾਰੀ ਕਰ ਦਿੰਦੇ ਕਈ ਵਾਰੀ ਆਪ ਨੂੰ ਲੱਗਦਾ ਕਿ ਛਕ ਕਮੀ ਰਹਗੀ ਪਰ ਨਵਾਨ ਦੇ ਕੇਸ ਚ ਆਉਂਦਾ ਹੈ ਕਿ ਉਹ ਗਾਣੇ ਚੱਲਣ ਦਾ ਮੈਨੂੰ ਲੱਗਦਾ ਜਿਆਦਾ ਤਾਂ ਰੀਜ਼ਨ ਆ ਕਿ ਉਹ ਆਪ ਬਹੁਤ ਜ਼ਿਆਦਾ ਐਫਰਟ ਲਾਉਂਦਾ ਗਾਣੇ ਤੇ ਉਹਨੂੰ ਕੰਪੋਜੀਸ਼ਨ ਵਾਈਜ਼ ਕਹਿ ਦੋ ਜਾਂ ਲਿਰਿਕਲੀ ਕਹਿ ਦੋ ਆਪਣੇ ਕੋਲੋਂ ਬਹੁਤ ਕੁਝ ਐਡ ਆਨ ਕਰ ਲੈਂਦਾ ਜਿਹੜਾ ਮਿਲਦਾ ਮੇਨ ਮੇਨ ਤੇ ਪਤਾ ਹੈ ਕਿ ਅਸੀਂ ਇਕੱਠੇ ਗਾਣੇ ਬਣਾਉਨੇ ਆ ਜਾਂ ਕੋਈ ਹੋਰ ਲਿਰਿਸਟ ਜਿਹੜਾ ਨਵੇਂ ਦਾ ਗਾਣਾ ਕਰਦਾ ਉਹ ਸਰਪ੍ਰਾਈਜ਼ ਜ਼ਰੂਰ ਹੁੰਦੇ ਹੋਣਗੇ ਇੱਕ ਰੀ ਗਾਣਾ ਸੁਣ ਕੇ ਕਿ ਅੱਛਾ ਅਸੀਂ ਦਿੱਤਾ ਕਿਹੀਂ ਤੇ ਰਿਲੀਜ਼ ਕੀ ਹੋਇਆ ਸੋ ਉਹ ਦਿਨਾਂ ਤੇ ਇਦਾਂ ਹੀ ਕਿ ਮਿਲਦੇ ਰੇ ਗਾਣੇ ਆਪਣੇ ਆਪ ਹੀ ਬਣਿਆ ਕੋਈ ਸੋਚ ਸਮਝ ਕੇ ਨਹੀਂ ਉਹ ਚੀਜ਼ਾਂ ਕੀ ਤੁਸੀਂ ਨਵਾਨ ਨੂੰ ਪਹਿਲੇ ਤੋਂ ਜਾਣਦੇ ਹੋ ਸ਼ਾਇਦ ਅਗਰ ਉਹ ਚੇਂਜਸ ਕਰਦੇ ਸ਼ਾਇਦ ਤੁਹਾਨੂੰ ਤਾਂ ਨਹੀਂ ਥੋੜਾ ਜਿ ਹੋ ਲਿਰਿਸਟ ਹੁੰਦੇ ਹੋਣਗੇ ਕਈ ਵਾਰ ਕਈ ਮਾਈਂਡ ਵੀ ਕਰ ਜਾਂਦੇ ਕਿ ਭਈ ਅਸੀਂ ਜੋ ਦਿੱਤਾ ਸੀ ਉਹ ਕਿਉਂ ਨਹੀਂ ਗਾਇਆ ਜਾਂ ਉਹ ਚੇਂਜ ਕਿਉਂ ਕਰਤਾ ਐਦਾਂ ਐਦਾਂ ਤਾਂ ਲੱਗਦਾ ਜੀ ਬਿਲਕੁਲ ਹਾਂਜੀ ਹੋ ਸਕਦਾ ਆ ਕਿਉਂਕਿ ਆਪੋ ਆਪਣੀ ਸੋਚ ਆ ਹੁਣ ਜਿੱਦਾਂ ਮੈਂ ਦੱਸਿਆ ਨਾ ਮੈਂ ਸ਼ੁਰੂ ਤੋਂ ਸੋਚਿਆ ਨਹੀਂ ਕਿ ਮੈਂ ਲਿਰੇਸਟ ਹੀ ਬਣਾਣਾ ਮੈਨੂੰ ਉਹ ਚੀਜ਼ ਵਧੀਆ ਲੱਗਦੀ ਆ ਕਿਉਂਕਿ ਸਾਡੇ ਮੋਸਟਲੀ ਜਿਹੜੇ ਗਾਣੇ ਹੁੰਦੇ ਆ ਜਾਂ ਆ ਲਾ 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 ਲੋ ਜਾਂ ਮਰ ਲਾ ਲਾ ਲੋ ਸਾਡੇ ਕੋਈ ਗਾਣੇ ਨਹੀਂ ਹੁੰਦੇ ਅਸਲ 'ਚ ਸਾਡੇ ਕੋਲ ਜਾਂ ਤੇ ਲਾਈਨ ਹੁੰਦੀ ਜਾਂ ਥਾਟ ਹੁੰਦੀ ਤੇ ਆਪਾਂ ਜ਼ਿਆਦਾਤਰ ਕੀ ਸਟੂਡੀਓ ਬੈਠੇ ਆ ਉੱਥੇ ਗਾਣਾ ਪੂਰਾ ਕਰ ਹਣਾ ਜਾਂ ਵੈਸੇ ਸਾਡੇ ਕੋ ਕੋਈ ਬੀਟ ਆ ਗਈ ਉੱਤੇ ਗਾਣਾ ਪੂਰਾ ਕਰ ਲਿਆ ਮੈਨੂੰ ਲੱਗਦਾ ਸਾਨੂੰ ਤਾਂ ਨਹੀਂ ਉਹ ਚੀਜ਼ ਫੀਲ ਹੁੰਦੀ ਕਿ ਇਹਦੇ ਵਿੱਚ ਕੁਝ ਚੇਂਜ ਹੋ ਜਾ ਜਾਂ ਕੁਝ ਵੀ ਆ ਕਿਉਂਕਿ ਸਾਨੂੰ ਐ ਲੱਗਦਾ ਜਿੰਨਾ ਚਿਰ ਸਾਡਾ ਆਡੀਓ ਮਾਸਟਰ ਨਹੀਂ ਨੰਦਾ ਅਸੀਂ ਉਹਦੇ ਤੱਕ ਚੇਂਜ ਕਰਦੇ ਰਹਿਨੇ ਆ ਉਹਨੂੰ ਜੋ ਵੀ ਸਾਨੂੰ ਬੈਟਰ ਲੱਗਦਾ ਸੋ ਮੈਨੂੰ ਤਾਂ ਨਹੀਂ ਫੀਲ ਹੁੰਦਾ ਮੈਂ ਤੇ ਨੁਮਾਨ ਤੋਂ ਇਲਾਵਾ ਵੀ ਕੋਈ ਆਰਟਿਸਟ ਜਿਉਂ ਆਪਕ ਵੀ ਕਿਦਾਂ ਨਹੀਂ ਇਦਾਂ ਕਰ ਲਈਏ ਮੈਂ ਉਹਨਾਂ ਨੂੰ ਵੀ ਕਹਿ ਦਿੰਨਾ ਕਿ ਤੁਹਾਡੇ ਮਨ 'ਚ ਕੋਈ ਥਾਟ ਆ ਜਾਂ ਕੋਈ ਗੱਲ ਆ ਮੈਨੂੰ ਦੱਸੋ ਪਾਉਣੀ ਆ ਪਾ ਲਈਨੇ ਮੈਨੂੰ ਚੇਂਜ ਕਰਨ 'ਚ ਨਹੀਂ ਕੋਈ ਸ਼ੁੰਦਾ ਕਈ ਵਾਰੀ ਐ ਹੁੰਦਾ ਆ ਕਿ ਆਪ ਨੂੰ ਕੋਈ ਲਾਈਨ ਪਸੰਦ ਹੁੰਦੀ ਆ ਤੇ ਸਿੰਗਰ ਕਹਦੇ ਕੱਢਣੀ ਆ ਤੇ ਮੈਂ ਕੱਢ ਲਈਨਾ ਹੱਸ ਕੇ ਮੈਨੂੰ ਪਤਾ ਹੁੰਦਾ ਇਹਦਾ ਮੇਰਾ ਕੋਈ ਨਵਾਂ ਗਾਣਾ ਬਣ ਜਾਣਾ ਸੋ ਮੈਨੂੰ ਨਹੀਂ ਇਹਦੇ ਨਾਲ ਕਦੀ ਵੀ ਕੋਈ ਇਸ਼ੂ ਆ ਇਸ ਚੀਜ਼ ਸੋ ਤੁਹਾਡਾ ਆਪਣਾ ਗੀਤ ਜਿਹੜਾ ਮਰਲਾ ਰਿਲੀਜ਼ ਹੋਇਆ ਉਹ ਤੁਸੀਂ ਸ਼ੂਟ ਕਿੱਥੇ ਕੀਤਾ ਕਿਹਨਾਂ ਮਰ ਲੀਦਾ ਇਦਾਂ ਕਿ ਮੇਰੇ ਸ਼ੁਰੂ ਤੋਂ ਗ੍ਰਿੰਗੋ ਐਂਟਰਟੇਨਮੈਂਟਸ ਤੇ ਨਾ ਗਾਣੇ ਸਾਰੇ ਰਿਲੀਜ਼ ਹੋਏ ਆ ਤੇ ਲੋਕੋ ਨੂੰ ਸਬਸਕ੍ਰਾਈਬ ਕਰ ਸਕਦੇ ਆ ਜਿਹੜੇ ਕਰਨਾ ਚਾਹੁੰਦੇ ਮੇਰੇ ਗਾਣੇ ਸੁਣ ਲਈ ਤੇ ਇਹ ਲਿਖਿਆ ਮੈਂ ਆਪ ਹੀ ਆ ਤੇ ਮਿਊਜ਼ਿਕ ਮਰਸੀ ਨੇ ਕੀਤਾ ਆ ਸ਼ੂਟ ਦੁਬਈ ਕੀਤਾ ਸੀ ਤੇਜੀ ਸੰਧੂ ਨੇ ਸ਼ੂਟ ਕੀਤਾ ਆ ਤੇ ਵਧੀਆ ਹੋਇਆ ਸਾਰਾ ਕੁਝ ਚੰਗੀ ਟੀਮ ਹ ਹ ਸੋ ਤੇਜੀ ਨਾਲ ਵੀ ਤੁਹਾਡਾ ਕਾਫੀ ਗੁੜਾ ਰਿਸ਼ਤਾ ਹੈ ਤੇਜੀ ਨਾਲ ਰਿਸ਼ਤਾ ਹਾਂ ਗੁੜਾ ਹੀ ਆ ਤੇਜੀ ਵੀ ਵਧੀਆ ਆ ਤੇਜੀ ਨਾਲ ਪਹਿਲਾਂ ਤੋਂ ਮਿਲਦੇ ਉਹ ਵੀ ਕੰਮ ਲਈ ਨਹੀਂ ਆ ਕਿਉਂਕਿ ਜਦੋਂ ਮੈਂ ਤੇਜੀ ਨੂੰ ਨਹੀਂ ਪਤਾ ਮੈਂ ਗਾਉਣ ਆਇਆ ਹਣਾ ਤੇ ਮੈਂ ਐਜ਼ ਅ ਲੀਰਿਸਿਸ ਸਟਰੀ ਇੱਥੇ ਮਿਲਦਾ ਤਾਂ ਨਹੀਂ ਰਿਹਾ ਮੈਂ ਕਦੀ ਐਂ ਨਹੀਂ ਕਹੂੰਗਾ ਕਿ ਮੈਂ ਐਜ਼ ਅ ਲੀਰਿਸਿਸ ਸਟੇਕ ਨੂੰ ਕਾਲ ਕੀਤੀ ਕਿ ਵੀਰੇ ਮੇਰਾ ਗਾਣਾ ਕਰੋ ਜਾਂ ਮੈਂ ਐਜ਼ ਅ ਲੀਰਿਸਿਸ ਵਿੱਚ ਰਹਿ ਨਹੀਂ ਇੱਥੇ ਪਰ ਇਦਾਂ ਹੀ ਕਿ ਜਿੱਦਾਂ ਸਾਰੇ ਇਕੱਠੇ ਹੁੰਨੇ ਹੀਗੇ ਹਨਾ ਤੇ ਲੋਕਾਂ ਨੂੰ ਐ ਲੱਗਦਾ ਇਹ ਲਿਖਦਾ ਆ ਫਲਾਣਾ ਗਾਉਂਦਾ ਆ ਫਲਾਣਾ 뮤직 ਕਰਦਾ ਆ ਸੋ ਉਹਨਾਂ ਦੇ ਮਨ ਚ ਆਪਣੇ ਵੱਲੋਂ ਹੀ ਕਿਵੇਂ ਜਹੀ ਸੋ ਤੇਜੀ ਮੈਨੂੰ ਉਦੋਂ ਤੋਂ ਜਾਣਦਾ ਤੇ ਉਹ ਮੈਨੂੰ ਸ਼ੁਰੂ ਤੋਂ ਹੀ ਬੜੇ ਪਿਆਰ ਜਿਨਾ ਮਿਲਦਾ ਹਨਾ ਵੀਕ ਰਿਸਪੈਕਟ ਜਿਨਾ ਮਿਲਦਾ ਤੇ ਮੇਰੀ ਵੀ ਸਾਨੂੰ ਤਾਂ ਹੈ ਹੀ ਕਿਉਂਕਿ ਸ਼ੁਰੂ ਤੋਂ ਸਾਰਿਆਂ ਨੂੰ ਆਬਜ਼ਰਵ ਕਰਦੇ ਰਹੇ ਆ ਤੇ ਪਤਾ ਨਹੀਂ ਕਦੀ ਕਿਉਂਕਿ ਤੇਜੀ ਮਹੰਗਾ ਡਾਇਰੈਕਟਰ ਹੈ ਆਬੀਅਸਲੀ ਤੇ ਸਰ ਮੈਨੂੰ ਨਹੀਂ ਲੱਗਦਾ ਮੈਂ ਕਦੀ ਕੰਮ ਕਰੂੰਗਾ ਆ ਦੇ ਨਾਲ ਤੇ ਉਹ ਕੁਦਰਤੀ ਹੋ ਗਿਆ ਜਾਂ ਤੇਜੀ ਨੇ ਮੈਂ ਤੇਜੀ ਨੂੰ ਐਪਰੀਸ਼ੀਏਟ ਕਰੂੰਗਾ ਕਿ ਉਹਨੇ ਮੇਰੇ ਨਾਲ ਕੰਮ ਕਰਨ ਚ ਇੰਟਰਸਟ ਦਿਖਾਇਆ ਹਨਾ ਤੇ ਵਧੀਆ ਲੱਗਦਾ ਤੇ ਤੁਸੀਂ ਕਿਹਾ ਕਿ ਉਹ ਤੇਜੀ ਮਹੰਗਾ ਡਾਇਰੈਕਟਰ ਹੈ ਉਹ ਲਿਰਿਸਿਸ ਵੀ ਬਹੁਤ ਮਹੰਗੇ ਹੋ ਗਏ ਨਹੀਂ ਅਹੀਂ ਤੇ ਆਪ ਮਹਿੰਗੇ ਲਈ ਰਿਸਸਟਾ ਜੀ ਤੇ ਕਿਉਂਕਿ ਆਪਾਂ ਉਹੀ ਤੁਹਾਨੂੰ ਦੱਸਿਆ ਮੈਂ ਪਿਛਲੇ 3-4 ਸਾਲ ਤੋਂ ਕੰਮ ਕਰੀ ਜਾਂਦਾ ਪਰ ਮੇਰੇ ਗਾਣੇ ਇੰਨੇ ਉਹ ਨਹੀਂ ਆ ਗਿਣਤੀ 'ਚ ਨਹੀਂ ਆਏ ਕਿਉਂਕਿ ਕਈ ਵਾਰੀ ਸਾਨੂੰ ਆਪ ਨੂੰ ਨਹੀਂ ਲੱਗਦਾ ਇੱਕ ਤਾਂ ਮੈਂ ਉਹ ਦੱਸਿਆ ਕਿ ਸਾਨੂੰ ਐ ਨਹੀਂ ਆ ਕਿ ਫੋਨ ਕਰ ਕਰਕੇ ਕਿ ਸਾਡੇ ਗਾਣੇ ਉਹ ਜਿੰਨੇ ਕ ਆਪਣੇ ਸਰਕਲ 'ਚ ਤੁਰੇ ਆਉਂਦੇ ਓੰਨੇ ਕ ਕਰੀ ਜਾਂਦੇ ਆ ਤੇ ਮਹਿੰਗੇ ਦਾ ਇਦਾਂ ਆ ਕਿ ਠੀਕ ਠਾਕ ਪੈਸੇ ਲਈਦੇ ਆ ਤੇ ਕਾਫੀ ਆ ਮੈਨੂੰ ਲੱਗਦਾ ਮਹਿੰਗੇ ਵੀ ਨਹੀਂ ਆ ਤੇ ਸਸਤੇ ਵੀ ਨਹੀਂ ਆ ਤਾਂ ਲੱਗਦਾ ਨਹੀਂ ਕਿ ਸਿਲੈਕਟਿਵ ਹੋਣਾ ਕਿਤੇ ਨਾ ਕਿਤੇ ਇੱਕ ਆਰਟਿਸਟ ਲਈ ਨੈਗੇਟਿਵ ਵੀ ਹੋ ਜਾਂਦਾ ਹੈ ਕਿਉਂਕਿ ਅੱਜ ਕੱਲ ਕਹਿੰਦੇ ਕਿ ਜੋ ਦਿਖਦਾ ਹੈ ਵਹੀ ਵਿਕਦਾ ਹੈ ਨਾ ਸੋ ਬਾਰ-ਬਾਰ ਦਿਖਣਾ ਪੈਂਦਾ ਲੋਕਾਂ ਨੂੰ ਫਿਰ ਲੋਕਾਂ ਦੇ ਵਿੱਚ ਪਹਿਚਾਨ ਬਣਦੀ ਹੈ ਹਾਂਜੀ ਉਹ ਜ਼ਰੂਰੀ ਆ ਪਰ ਉਹ ਮੈਨੂੰ ਲੱਗਦਾ ਡਿਪੈਂਡ ਕਰਦਾ ਤੁਹਾਡੇ ਗੋਲਸ ਕੀ ਆ ਤੁਹਾਡੀ ਡੈਸਟੀਨੇਸ਼ਨ ਕੀ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ ਸਾਨੂੰ ਆਪ ਨੂੰ ਵੀ ਕਈ ਵਾਰੀ ਫੀਲ ਹੋ ਜਾਂਦਾ ਜਦੋਂ 2-2 3-3 ਮਹੀਨੇ ਕਿਉਂਕਿ ਹੁਣ ਆਪਾਂ ਕੰਮ ਕਰ ਲੱਗਦੇ ਆ 2-2 3-3 ਮਹੀਨੇ ਆ ਗਾਣੇ ਤੇ ਮੇਰੇ ਹੁਣ ਆਉਣੇ ਸ਼ੁਰੂ ਹੋਏ ਆ ਜੇ ਸਿੰਗਰ ਜਦੋਂ ਲਿਖੇ ਵੀ ਆਉਂਦੇ ਸੀ ਤੁਹਾਡੇ ਘਰ ਦੇਆਂ ਨੂੰ ਤੁਹਾਡੇ ਆਲੇ-ਦੁਆਲੇ ਨੂੰ ਨਾ ਇੱਕ ਤੁਹਾਡੇ ਤੋਂ ਹੋ ਜਾਂਦੀ ਆ ਇੱਕ ਲਾਲੋ ਆ ਐਕਸਪੈਕਟਡ ਜੀ ਚੀਜ਼ ਹੋ ਜਾਂਦੀ ਆ ਕਿ ਹਾਂ ਇੱਕ ਗਾਣਾ ਆਇਆ ਹੁਣ ਇਸ ਤੋਂ ਬਾਅਦ ਕਿਉਂ ਨਹੀਂ ਆਇਆ ਗਾਣਾ ਹਨਾ ਪੁੱਛਣ ਲੱਗ ਪੈਂਦੇ ਆ ਵੀ ਆ ਗਾਣਾ ਨਹੀਂ ਆਇਆ ਉਦੋਂ ਤੁਹਾਨੂੰ ਥੋੜਾ ਲੱਗਦਾ ਕਿ ਅੱਛਾ ਸਾਨੂੰ ਕਰਨਾ ਚਾਹੀਦਾ ਹੈ ਰੈਗੂਲਰ ਹਾਂ ਵੀ ਗਾਣੇ ਆਉਂਦੇ ਰਹਿਣ ਮਹੀਨੇ 'ਚ ਕਮ ਸੇ ਕਮ ਜੇ ਲੇਰੇ ਸਿਸਟਰ ਦੋ ਤਿੰਨ ਗਾਣੇ ਤਾਂ ਦੇ ਆਉਣ ਪਰ ਜਦੋਂ ਫਿਰ ਆਪਣੇ ਆਪ ਨੂੰ ਸੋਚੀਦਾ ਕਿ ਆਪਣਾ ਗੋਲ ਕੀ ਆ ਆਪਾਂ ਕੀ ਸੋਚਿਆ ਫਿਰ ਉਦੋਂ ਠੀਕ ਸੋਚੀਦਾ ਕਿ ਚਲੋ ਠੀਕ ਆ ਜਦੋਂ ਆ ਜਾਾਂਗੇ ਚੰਗੀ ਤਰ੍ਹਾਂ ਮੇਬੀ ਇਹਨਾਂ ਨੂੰ ਵੀ ਕਲੀਅਰ ਹੋ ਜੇ ਪੀ ਕਿਉਂ ਨਹੀਂ ਲਗਾਤਾਰ ਗਾਣੇ ਕਰਦੇ ਫੈਮਿਲੀ ਹਮੇ ਉਹਨਾਂ ਨੇ ਕਦੀ ਨਾ ਤੇ ਰੋਕਿਆ ਕਿ ਕੀ ਕਰਨਾ ਤੇ ਨਾ ਕਦੀ ਇਹ ਹੀ ਕਿਹਾ ਕਿ ਕਰ ਲੋ ਜਾਂ ਮਤਲਬ ਸਪੋਰਟ ਇਦਾਂ ਦੀ ਸੀ ਕਿ ਪੈਸੇ ਆ ਪੱਖੋਂ ਨਹੀਂ ਇੱਕ ਕੰਮ ਚ ਪੈਸੇ ਬਹੁਤ ਚਾਹੀਦੇ ਆ ਤੇ ਉਹ ਉਹਨਾਂ ਕੋ ਨਾ ਹੈਗੇ ਸੀ ਤੇ ਨਾ ਆਪਾਂ ਕਦੀ ਉਹਨਾਂ ਤੋਂ ਡਿਮਾਂਡ ਹੀ ਕੀਤੀ ਕਿ ਸਾਨੂੰ ਪੈਸੇ ਦੋ ਅਸੀਂ ਗਾਣੇ ਕਰਨੇ ਆ ਤੇ ਅਦਰਵਾਈਜ਼ ਉਹਨਾਂ ਕਦੀ ਰੋਕਿਆ ਵੀ ਨਹੀਂ ਕਿਉਂਕਿ ਮੈਨੂੰ ਲੱਗਦਾ ਅੱਜ ਦੀ ਹਣਾ ਅੱਜ ਦੀ ਸਟੇਜ ਤੇ ਜਾਂ ਕਹਿ ਲੋ ਅੱਜ ਦੀ ਦੁਨੀਆ ਚ ਲੋਕ ਬਹੁਤ ਜ਼ਿਆਦਾ ਕੰਪੀਟੀਸ਼ਨ ਜ਼ਿਆਦਾ ਆ ਤੇ ਹਰ ਕੋਈ ਚਾਹੁੰਦਾ ਆ ਹਨਾ ਹਰ ਕੋਈ ਬਹੁਤ ਹਰੀ ਚਾਹੇ ਸਾਡੇ ਨਿਆਣੇ ਕਾਮਯਾਬ ਹੋਣ ਜਾਂ ਸਾਡੇ ਕੋ ਆ ਕੁਝ ਆ ਜੇ ਸਾਡੇ ਘਰ ਦੇ ਨੇ ਕਦੀ ਉਹ ਸਾਨੂੰ ਦਿਖਾਈ ਨਹੀਂ ਉਹ ਕਾਲੀ ਜੀ ਕੀ ਕਰ ਲੋ ਹਾਂ ਉਹਨਾਂ ਦੇ ਮਨ 'ਚ ਹੁੰਦਾ ਹੋਗਾ ਪਰ ਉਹਨਾਂ ਕਦੀ ਸਾਡੇ ਤੇ ਨਹੀਂ ਉਹ ਚੀਜ਼ ਹਾਵੀ ਕੀਤੀ ਕਿ ਤੁਸੀਂ ਕਾਮਯਾਬ ਕਿਉਂ ਨਹੀਂ ਹੋਣਦੇ ਜਾਂ ਤੁਸੀਂ ਕਿਉਂ ਨਹੀਂ ਕਰਦੇ ਕੁਝ ਇਹ ਕੰਮ ਕਿਉਂ ਕਰਨਦੇ ਹੋ ਤੇ ਮੈਨੂੰ ਲੱਗਦਾ ਇਹ ਵੀ ਸਪੋਰਟ ਆ ਇਹ ਸਭ ਤੋਂ ਵਧੀਆ ਸਪੋਰਟ ਆ ਕਿ ਤਹੀਂ ਥੋੜੇ ਜਿਹਾ ਪੋਜ਼ਿਟਿਵ ਨਹੀਂ ਕੀਤੇ ਹਨਾ ਹਾਂ ਕਿ ਸਵਾਲ ਨਹੀਂ ਕੀਤੇ ਕਿੱਥੇ ਚੱਲੇ ਹੋ ਕਿਉਂ ਕਰਦੇ ਹੋ ਇਹ ਕੰਮ ਨਹੀਂ ਚੰਗਾ ਨਾ ਕਦੀ ਉਹ ਨਾ ਇਹ ਕਿ ਕੰਮ ਮਾੜਾ ਨਾ ਇਹ ਨਾ ਕਿ ਆ ਕਿ ਚੰਗਾ ਆ ਬਹੁਤ ਵਧੀਆ ਕਰ ਲੋ ਸੋ ਵਧੀਆ ਹੀ ਰਹੇ ਆ ਕਿੰਨੀ ਜਦੋਂ ਜਿਹਦ ਕਰਨੀ ਪਈ ਇਸ ਇੰਡਸਟਰੀ ਵਿੱਚ ਆਉਣ ਦੇ ਲਈ ਜਦੋਂ ਜਿਹਦ ਜੇ ਐਵੇਂ ਖੇ ਤੇ ਬਠੇਰੀ ਆ ਕਿਉਂਕਿ 10 12 ਸਾਲ ਹੋ ਗਿਆ ਤੇ ਉਹ ਜਦੋਂ ਜਿਹਦ ਤਾਂ ਵਧੀਆ ਲੱਗਦੀ ਆ ਕਿਉਂਕਿ ਸਫ਼ਰ ਹੀ ਕਹਿ ਲੋ ਵਧੀਆ ਹੀ ਸਾਨੂੰ ਤੇ ਜਿੱਥੋਂ ਹੀ ਸ਼ੁਰੂ ਕੀਤਾ ਉੱਥੋਂ ਹੁਣ ਤੱਕ ਐਂ ਲੱਗਦਾ ਆਪਣੇ ਆਪ ਨੂੰ ਕਿ ਗਰੋਅ ਹੀ ਕੀਤਾ ਆ ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਨਹੀਂ ਉਹ ਆਲਮੋਸਟ ਸਾਨੂੰ ਹੁਣ ਮਿਲ ਜਾਂਦੀਆਂ ਆ इजीली ਜਾਂ ਆਪਾਂ ਕਹਿ ਲਓ ਜਿਹੜੀ ਚੀਜ਼ ਸੋਚਦੇ ਹਾਂ ਲੈਣੀ ਆ ਹੁਣ ਲੈ ਸਕਦੇ ਆ ਤੇ ਉਹ ਸਾਬ ਨਾਲ ਤੇ ਗਰੋਅ ਕੀਤਾ ਪਰ ਜਦੋਂ ਜ਼ਿਆਦਾ ਤੇ ਹੁੰਦੀ ਆ ਮਿਲਦਾ ਚੱਲਦੀ ਰਹਿਣੀ ਆ ਹੁਣ ਜਦੋਂ ਦੋ ਗਾਣੇ ਕੀਤੇ ਅਗਲੇ ਗਾਣੇ ਤੇ ਫੇਰ ਓਨੀ ਮਿਹਨਤ ਲੱਗਦੀ ਆ ਜਾਂ ਫੇਰ ਸੋਚੀਦਾ ਕਿ ਐਲਬਮ ਕਰੀਏ ਉਹਦੇ ਲਈ ਜਦੋਂ ਜ਼ਿਆਦਾ ਕਰਨੀ ਉਹ ਮੈਨੂੰ ਲੱਗਦਾ ਚੱਲਦੀ ਰਹੂਗੀ ਹਿੰਮਤ ਲਈ ਵੀ ਤੁਸੀਂ ਗਾਣਾ ਲਿਖਿਆ ਇੰਟਰਡਿਊਸਿੰਗ ਹਰ ਰਾਈਟਰਾਂ ਦੀ ਐਲਬਮ ਦੇ ਵਿੱਚ ਸੋ ਉਹਨਾਂ ਨਾਲ ਕਿਵੇਂ ਮੁਲਾਕਾ ਹਿੰਮਤ ਹਿੰਮਤ ਉਹਨਾਂ ਨੂੰ ਮੈਨੂੰ ਲੱਗਦਾ ਇਨ ਡਿਮਾਂਡ ਤੇ ਨਾ ਸਾਡਾ ਜਦੋਂ ਇਨ ਡਿਮਾਂਡ ਗਾਣਾ ਆਇਆ ਸੀਗਾ ਤੇ ਉਹਨਾਂ ਨੇ ਦੋ ਤਿੰਨ ਉਹਦੀਆਂ ਵੀਡੀਓਜ਼ ਜੀਆਂ ਪਾਈਆਂ ਹੈਗੀਆਂ ਤੇ ਮੈਨੂੰ ਉਦੋਂ ਕ੍ਰੇਜ਼ ਸੀ ਕਿਉਂਕਿ ਮੇਰਾ ਪਹਿਲੀ ਵਾਰੀ ਕੋਈ ਗਾਣਾ ਚੱਲਿਆ ਇਸ ਲੈਵਲ ਤੇ ਤੇ ਵਧੀਆ ਚੱਲ ਗਿਆ ਸੀ ਲੈਵਲ ਤੇ ਚੱਲ ਮੈਨੂੰ ਵੀ ਨਹੀਂ ਪਤਾ ਵੀ ਕਿੰਨਾ ਚੱਲਿਆ ਹਾਂ ਵਧੀਆ ਚੱਲ ਗਿਆ ਹੈ ਕਿ ਕਾਫੀ ਆਰਟਿਸਟਾਂ ਨੇ ਉਹਦੀਆਂ ਸਟੋਰੀਆਂ ਸਟੋਰੀਆਂ ਜਾਂ ਸਨੈਪਸ ਪਾਈਆਂ ਹੈਗੀਆਂ ਤੇ ਮੈਨੂੰ ਉਦੋਂ ਤੋਂ ਹੀ ਵੀ ਮੈਂ ਇਹਨਾਂ ਨੂੰ ਅਪਰੋਚ ਕਰਾਂ ਜਾਂ ਇਹਨਾਂ ਨਾਲ ਮੈਂ ਕਦੀ ਮਿਲਾਂ ਤੇ ਮੇਰਾ ਗਾਣਾ ਕਰ ਲੈਣਗੇ ਤੇ ਫਿਰ ਅਹੀਂ ਰੈਂਡਮਲੀ ਇੱਕ ਵਾਰ ਇਹ ਮਤ ਵੀਰੇ ਉਹਨਾਂ ਨੂੰ ਤੇ ਉਦੋਂ ਸਾਡੇ ਕੋਲ ਬਣਿਆ ਨਹੀਂ ਕੁਝ ਵਧੀਆ ਬਸ ਸਟੂਡੀਓ ਬੈਠੇ ਆ ਨਾ ਪਤਾ ਨਹੀਂ ਉਹਨਾਂ ਦੀ ਪਸੰਦਾਂ ਨਹੀਂ ਨਿਕਲਿਆ ਜਾਂ ਮੈਂ ਉਦੋਂ ਵਧੀਆ ਨਹੀਂ ਕੁਝ ਡਿਲੀਵਰ ਕਰ ਪਾਇਆ ਹਨਾ ਉਹ ਚੀਜ਼ ਉਦੋਂ ਹੋਈ ਨਹੀਂ ਫਿਰ ਕਰਦੇ ਆ ਕਰਦੇ ਆ ਹਿੰ ਟੱਚ ਹੀ ਗਏ ਫਿਰ ਮੇਰੇ ਕੋ ਇੱਕ ਗਾਣਾ ਬਣਿਆ ਪਿਆ ਹੀਗਾ ਮੈਂ ਉਹਨਾਂ ਨੂੰ ਉਹ ਭੇਜਿਆ ਉਹ ਮੈਨੂੰ ਲੱਗਦਾ ਸਾਲਕ ਦੀ ਗੱਲ ਹੋਣੀ ਹੈ ਫਿਰ ਉਹ ਗਾਣਾ ਭੇਜਣ ਤੋਂ ਬਾਅਦ ਸਾਡੀ ਬੌਂਡਿੰਗ ਜ਼ਿਆਦਾ ਵਧੀਆ ਹੋ ਗਈ ਫਿਰ ਆਪਾਂ ਮਿਲਣ ਲੱਗ ਪਏ ਹਨਾ ਤੇ ਫਿਰ ਹੀ ਮਿਲਦੇ ਮਿਲਦੇਰੇ ਗਾਣੇ ਬਣਨ ਲੱਗ ਪਏ ਦੋ ਚਾਰ ਗਾਣੇ ਬਣਾਏ ਫਿਰ ਇੰਟਰੋਡਿਊਸਿੰਗ ਹਰ ਹੁਣ ਬਣਾਇਆ ਜਦੋਂ ਉਹ ਐਲਬਮ ਆਪਣੀ ਬਣਾਈ ਜਾਂਦੇ ਸੀ ਉਹਨਾਂ ਕੋਲ ਇੱਕ ਬੀਟ ਹੀ ਜਿਹੜੀ ਬੀਟ ਤੇ ਆ ਗਾਣਾ ਆਇਆ ਹਨਾ ਤੇ ਉਹ ਚਾਹੁੰਦੇ ਸੀ ਕਿ ਕੁਝ ਆਪਾਂ ਇਦਾਂ ਦਾ ਕੈਰੀਅਰ ਰੋਮੈਂਟਿਕ ਤੇ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਥੋੜਾ ਜਿਹਾ ਕੁਝ ਵੱਖਰਾ ਕਰਾਂ ਕਿਉਂਕਿ ਮੇਰੇ ਜਿੰਨਾ ਗਾਣੇ ਇਨ ਡਿਮਾਂਡ ਤੋਂ ਬਾਅਦ ਮੈਨੂੰ ਉਹੀ ਜ਼ਿਆਦਾ ਹੁੰਦਾ ਹੈ ਕਿ ਇਨ ਡਿਮਾਂਡ ਵਰਗਾ ਕੋਈ ਗਾਣਾ ਦੇ ਦੋ ਤੇ ਆ ਮੈਨੂੰ ਪਰਸਨਲੀ ਮਿਲਦਾ ਵਧੀਆ ਗਾਣਾ ਆ ਮੈਨੂੰ ਆਪ ਨੂੰ ਪਸੰਦ ਆ ਇੱਕ ਡਿਫਰੈਂਟ ਚੀਜ਼ ਆ ਤੇ ਉਹ ਇਦਾਂ ਹੀ ਬਣ ਗਿਆ ਬਸ ਬੈਠੇ ਬੈਠੇ ਤੁਸੀਂ ਸਟਾਰਟਿੰਗ ਵਿੱਚ ਕਿਹਾ ਸੀ ਕਿ ਮੈਂ ਮਤਲਬ ਮੈਂ ਬਹੁਤਾ ਪਰਦਾ ਨਹੀਂ ਹੈ ਨਾ ਕਿਤਾਬਾਂ ਨਹੀਂ ਪੜਦਾ ਪਰ ਜਦੋਂ ਗਾੜੇ ਲਿਖਣੇ ਹੁੰਦੇ ਕੁਝ ਲਫ਼ਜ਼ ਇਦਾਂ ਦੇ ਹੁੰਦੇ ਜਿਹੜੇ ਮਤਲਬ ਡੁੰਗਾਈ ਦੇ ਵਿੱਚ ਜਾਂ ਡੂੰਗੀਆਂ ਗੱਲਾਂ ਜਿਹੜੇ ਕਰਦੇ ਆ ਸੋ ਉਹ ਚੀਜ਼ਾਂ ਕਿੱਧਰੋਂ ਆਉਂਦੀਆਂ ਪੜਾਈ ਦੇ ਵਿੱਚ ਤੁਸੀਂ ਕਿਵੇਂ ਦੀ ਇਹ ਦੱਸੋ ਆ ਉਹ ਚੀਜ਼ਾਂ ਕੁਦਰਤੀ ਆ ਮੈਨੂੰ ਮੈਨੂੰ ਵੀ ਨਹੀਂ ਅਸਲ 'ਚ ਪਤਾ ਪਰ ਮੈਨੂੰ ਇਹ ਆ ਕਿ ਮੈਂ ਜਦੋਂ ਛੋਟੇ ਨੇ ਮੈਂ ਮੈਗਜ਼ੀਨ ਮੈਗਜ਼ੀਨਾਂ ਜਾਂ ਅਖਬਾਰਾਂ ਥੋੜੀਆਂ ਥੋੜੀਆਂ ਅਖਬਾਰਤ ਨਹੀਂ ਨਹੀਂ ਮੈਂ ਪੜੀ ਪਰ ਅਖਬਾਰ ਦੇ ਨਾਲ ਹਮੇਸ਼ਾ ਇੱਕ ਮੈਗਜ਼ੀਨ ਆਉਂਦਾ ਹੁੰਦਾ ਸੀ ਸ਼ੁਰੂ ਤੇ ਜਿਹੜੀਆਂ ਅਖਬਾਰਾਂ ਆਪਾਂ ਨਿੱਕੇ ਹੁੰਦੇ ਪਿੰਡ ਪੜਦੇ ਸੀਗੇ ਤੇ ਉਹ ਫਿਲਮਾਂ ਵਾਲੇ ਵੀ ਹੁੰਦੇ ਸੀ ਮੈਗਜ਼ੀਨ ਉਹ ਵੀ ਮੈਂ ਪੱਕਾ ਪੜਦਾ ਰਿਆ ਜਾਂ ਐਤਵਾਰ ਨੂੰ ਆਉਂਦੇ ਕਹਾਣੀਆਂ ਕੋਣੀਆਂ ਵਾਲੇ ਥੋੜੀ ਕੁ ਵੋਕੇਬਲਰੀ ਜਿਹੜੀ ਮੈਨੂੰ ਲੱਗਦਾ ਉੱਥੇ ਹੀ ਹੋ ਗਈ ਹੋਰ ਤੇ ਮੈਂ ਇੰਨੀਆਂ ਕਿਤਾਬਾਂ ਨਹੀਂ ਕਦੀ ਪੜੀਆਂ ਜਾਂ ਉਦੋਂ ਮੈਂ ਗ੍ਰੈਜ ਤੇ ਪੜਾਈ ਚ ਮੈਂ ਵਧੀਆ ਐਵਰੇਜ ਸਟੂਡੈਂਟ ਹੀ ਮੈਂ ਕਦੀ ਫੇਲ ਨਹੀਂ ਹੋਇਆ ਤੇ ਇੱਕ ਮੈਨੂੰ ਮੈਨੂੰ ਪਸੰਦ ਨਹੀਂ ਕਿ ਮੈਂ ਫੇਲ ਹੋਵਾਂ ਪਰ ਉਹ ਜ਼ਿੰਦਗੀ ਚ ਬਥੇਰੇ ਫੇਲੀਅਰ ਵੇਖਿਆ ਤੇ ਹਾਂ ਬਸ ਉਹੀ ਆ ਜਿੰਨਾ ਕਿ ਪੜਿਆ ਉੱਥੋਂ ਹੀ ਆਈ ਜਾਂਦਾ ਓਕੇ ਸੋ ਆਵਾਜ਼ਰ ਹੋਣਾਂ ਨਾਲ ਵੀ ਤੁਹਾਡਾ ਇੱਕ ਆਡੀਓ ਕਵਿਤਾ ਸੀ ਕਹਿ ਸਕਦਾ ਜਿਹੜੀ ਹੈ ਨਾ ਲਾਕਡਾਊਨ ਦੇ ਦੌਰਾਨ ਆਈ ਸੀਗੀ ਸੋ ਆਵਾਜ਼ਰ ਹੋਣੇ ਵਾ ਬਹੁਤ ਅੱਛਾ ਕੰਮ ਕਰ ਰਿਹਾ ਆਵਾਜ਼ਰ ਨੂੰ ਤੁਸੀਂ ਕਿੰਨਾ ਪ੍ਰਭਾਵਸ਼ਾਲੀ ਇੱਕ ਆਰਟਿਸਟ ਸਮਝਦੇ ਹੋ ਵਾਜ਼ਰਲੀ ਸਭ ਤੋਂ ਪਹਿਲਾਂ ਤੇ ਮੇਰੇ ਮੇਰੇ ਵੱਲੋਂ ਮੈਂ ਇਹੋ ਕਹਿ ਸਕਦਾ ਕਿ ਸ਼ਾਬਾਸ਼ ਕਿਉਂਕਿ ਉਹ ਜਿੰਨਾ ਬੀਬਾ ਮੁੰਡਾ ਆ ਜਿੰਨਾ ਵਧੀਆ ਆ ਤੇ ਇਸ ਵੇਲੇ ਸੀਰੀਅਸਲੀ ਮਤਲਬ ਉਹ ਫੁੱਲ ਨੋਟਿਸ ਦਾ ਉਹਨੂੰ ਸਾਰੇ ਇਸ ਵੇਲੇ ਵੇਖਦੇ ਐ ਮਲਾ ਦਾ ਇੰਡਸਟਰੀ ਤੋਂ ਉਹਨੂੰ ਬਹੁਤ ਜ਼ਿਆਦੀਆਂ ਅਪਰੋਚਸ ਜਾਂਦੀਆਂ ਹੋਣਗੀਆਂ ਤੇ ਬਹੁਤ ਵਧੀਆ ਚੱਲਣ ਡਿਆ ਆ ਤੇ ਸਾਡੇ ਲਈ ਤੇ ਵਾਜ਼ਰਨਾ ਮੇਰਾ ਇੱਕ ਵੱਖਰਾ ਹੀ ਬੌਂਡ ਆ ਮਤਲਬ ਪਤਾ ਨਹੀਂ ਹੁਣ ਵਾਜ਼ਰ ਨੂੰ ਵਾਜ਼ਰ ਵੱਲੋਂ ਕਿੱਦਾਂ ਆ ਮੈਂ ਪਰ ਮੈਂ ਜਦੋਂ ਵੀ ਉਹਨੂੰ ਮਿਲਦਾ ਆ ਮੇਰੇ ਮੇਰੇ ਵੱਲੋਂ ਉਹਦੇ ਲਈ ਬਹੁਤ ਜ਼ਿਆਦੀ ਰਿਸਪੈਕਟ ਆ ਕਿਉਂਕਿ ਇੱਕ ਤੇ ਉਹ ਸਾਬਤ ਸੂਰਤ ਆ ਪਲੱਸ ਉਹ ਬਹੁ ਘੱਟ ਬੋਲਦਾ ਉਹਦੇ ਨਾਲ ਜਿੰਨੀ ਆਰੀ ਵੀ ਬਈ ਨਾ ਕਿਸੇ ਦੀ ਉਹਨੇ ਨਿੰਦਿਆ ਕਰਨੀ ਨਾ ਚੁਗਲੀ ਕਰਨੀ ਅਸੀਂ ਅਜੇ ਬਥੇਰਾ ਬੋਲੀ ਜਾਈਦਾ ਜਿੱਥੇ ਵੀ ਬੈਠੀ ਹੋਈ ਜੀ ਤੇ ਬਾਜ਼ਰ ਨਾਲ ਮਿਲਦੇ ਆ ਮੈਨੂੰ ਲੱਗਦਾ 2013-14 ਜਦੋਂ ਅਸੀਂ ਪਹਿਲੀ ਵਾਰ ਹੀ ਮਿਲੇ ਸੀਗੇ ਤੇ ਉਦੋਂ ਤੋਂ ਸਟਿਲ ਉਹੀ ਪਿਆਰ ਆ ਉਹੀ ਇੱਕਦੁੱਗੀ ਰਿਸਪੈਕਟ ਆ ਤੇ ਜਿਹੜੀ ਉਹ ਕਵਿਤਾ ਜੀ ਕੀਤੀ ਸੀ ਉਹ ਇਦਾਂ ਹੀ ਕਿ ਲੋਕਡਾਊਨ 'ਚ ਜਦੋਂ ਪਿੱਛੇ ਜੇ ਕੋਵਿਡ ਵਾਲਾ ਸੀ ਹਨਾ ਮਾਹੌਲ ਜਿਆ ਤੇ ਉਦੋਂ ਮੇਰੇ ਵੀ ਉਹ ਚਾਰ ਅੱਖਰ ਜੁੜੇ ਮੈਂ ਘਰ ਬੈ ਤੇ ਉਦੋਂ ਮੇ ਕੋ ਬਾਜ਼ਰ ਨੂੰ ਮੈਂ ਇਦਾਂ ਫੋਨ ਕਰ ਲਿਆ ਮੈਂ ਕਿਹਾ ਮੈਨੂੰ ਕੋਈ ਬੀਟ ਦੇ ਦੇ ਤੇ ਆ ਮੈਂ ਇਦਾਂ ਇਦਾਂ ਉਹਨੂੰ ਮੈਂ ਲਿਖ ਕੇ ਭੇਜ ਦਿੱਤੇ ਕਿਉਂਕਿ ਅਸੀਂ ਜਿਹੜੀ ਇਦਾਂ ਦੀਆਂ ਚੀਜ਼ਾਂ ਜਾਂ ਮੈਂ ਜਿਹੜੀ ਤੁਹਾਨੂੰ ਸੁਣਾਈ ਖਿਲਰੇ ਵਰਕੇ ਵਾਲੀ ਜਾਂ ਉਦਾਂ ਕੋਈ ਕੈਪਸ਼ਨ ਜਾਂ ਇਦਾਂ ਦੀਆਂ ਲਾਈਨਾਂ ਆ ਹੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹਿੰਨੇ ਪਰ ਬਹੁਤ ਘੱਟ ਜਾਂ ਮੈਨੂੰ ਕੋਈ ਉਹਨੇ ਕੈਪਸ਼ਨ ਪਾਈ ਕਿਉਂਕਿ ਵਾਜਿਰ ਦੀਆਂ ਕੈਪਸ਼ਨਾਂ ਵੀ ਬਹੁਤ ਇਦਾਂ ਨਹੀਂ ਹੁੰਦੀਆਂ ਜਿੱਦਾਂ ਦਾ ਹਨਾ ਮੇਰਾ ਸਟਾਈਲ ਜਾਂ ਤੇ ਉਹਨੂੰ ਮੈਂ ਪੁੱਛ ਲੀਨਾ ਵੀ ਆ ਕਿੱਥੋਂ ਪੜਿਆ ਆ ਜਾਂ ਕਿੱਦਾਂ ਆ ਸੋ ਉਹ ਕਵਿਤਾ ਉਦੋਂ ਹੀ ਬਣੀ ਉਹਨੇ ਮੈਂ ਕਿਹਾ ਬੀਟ ਭੇਜ ਦੇ ਉਹਨੇ ਮੈਨੂੰ ਮਾੜਾ ਇਹ ਦੱਸਤਾ ਕਿ ਇਦਾਂ ਇਦਾਂ ਰਿਕਾਰਡ ਕਰਕੇ ਮੈਨੂੰ ਭੇਜ ਦੋ ਮੈਂ ਬੋਲ ਕੇ ਭੇਜਤਾ ਤੇ ਉਹ ਅਪਲੋਡ ਕਰਤਾ ਵਾਜਿਰ ਦੇ ਚੈਨਲ ਤੇ ਵੀ ਸ਼ਾਇਰ ਕੀਤੀ YouTube ਚੈਨਲ ਤੇ ਪਰ ਉਹ ਮੈਂ Instagram ਲਈ ਉਹਨੂੰ ਕਿਹਾ ਮੈਂ Instagram ਤੇ ਪਾਉਂ ਤੇ ਉਹ ਉਦੋਂ ਇਸ ਤਰ੍ਹਾਂ ਹੀ ਬਣੀ ਮੈਂ ਜਾਂਦੇ ਜਾਂਦੇ ਇਹ ਪੁੱਛਣਾ ਚਾਹੂੰਗੀ ਕਿ ਪਹਿਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਿਹੜਾ ਆਰਟਿਸਟ ਹੈ ਜਾਂ ਸਿੰਗਰ ਹੈ ਨਾ ਉਹ ਤਾਂ ਹਾਈਲਾਈਟ ਹੋ ਜਾਂਦਾ ਬਟ ਇੱਕ ਲਿਰਿਸਿਸਟ ਹੈ ਹਾਈਲਾਈਟ ਚਾਹੇ ਹੋ ਜਾਵੇ ਬਟ ਉਹਨੂੰ ਇੰਨੇ ਕਮਾਈ ਨਹੀਂ ਹੁੰਦੀ ਸੀ ਹਾਲਾਂਕਿ ਤੁਸੀਂ ਕਿਹਾ ਕਿ ਹਾਂ ਹੁਣ ਕਮਾਈ ਹੁੰਦੀ ਆ ਸੋ ਵਧੀਆ ਕਮਾਈ ਹੋ ਜਾਂਦੀ ਹੈ ਜੇ ਦੋ ਚਾਰ ਗਾਣੇ ਛੱਡ ਕੇ ਵੀ ਤੁਸੀਂ ਕੋਈ ਗਾਣਾ ਕਰੋ ਤੇ ਕੋਈ ਇਹ ਤੇ ਡਿਪੈਂਡ ਕਰਦਾ ਆਪਣੇ ਆਪਣੇ ਤੇ ਮੈਨੂੰ ਲੱਗਦਾ ਕੋਈ ਵੀ ਲਿਰਿਸਿਸਟ ਜਦੋਂ ਸ਼ੁਰੂ ਚ ਸ਼ੁਰੂ ਕਰਦਾ ਨਾ ਤੇ ਉਹਦੀਆਂ ਪਹਿਲਾਂ ਪ੍ਰਾਇਓਰਿਟੀਆਂ ਕੁਝ ਹੋਰ ਹੁੰਦੀਆਂ ਮੈਨੂੰ ਲੱਗਦਾ ਜਿਆਦਾ ਜਾਣੇ ਮੇਰੇ ਨਾਲ ਐਗਰੀ ਕਰਨਗੇ ਤੇ ਹੋ ਸਕਦਾ ਕਿ ਇਹਦੀ ਸੋਚ ਵੱਖਰੀ ਵੀ ਹੋਵੇ ਤੇ ਮੈਂ ਆਪਣੇ ਤੇ ਲੈ ਕੇ ਜਾਂ ਆਪਣੇ ਸਰਕਲ ਤੋਂ ਲੈ ਕੇ ਚੱਲਦਾ ਕਿ ਸ਼ੁਰੂ ਚ ਤਾਂ ਨਹੀਂ ਪ੍ਰਾਇਓਰਿਟੀਆਂ ਇਹ ਹੁੰਦੀਆਂ ਕਿ ਤੁਹਾਡਾ ਲਿਖਿਆ ਕੋਈ ਗਾਣਾ ਆ ਤੁਸੀਂ ਪਹਿਲਾਂ ਤਾਂ ਟਰਾਈ ਕਰਦੇ ਹੋ ਕਿ ਕਿਸੇ ਵੱਡੇ ਆਰਟਿਸਟ ਨੂੰ ਅਪਰੋਚ ਕਰੋ ਤੁਹਾਡਾ ਗਾਣਾ ਰਿਲੀਜ਼ ਹੋ ਜੇ ਨਹੀਂ ਆਉਂਦੀ ਨਹੀਂ ਆਉਂਦਾ ਕੋਈ ਤੁਸੀਂ ਨਵੇਂ ਬੰਦੇ ਨਾਲ ਕਰਦੇ ਹੋ ਪਹਿਲਾਂ ਤੇ ਮੈਨੂੰ ਲੱਗਦਾ ਤੁਹਾਨੂੰ ਇਹੀ ਹੁੰਦਾ ਕਿ ਤੁਹਾਡਾ ਲਿਖਿਆ ਗਾਣਾ ਆ ਤੇ ਉਦੋਂ ਮੈਨੂੰ ਲੱਗਦਾ ਤੁਸੀਂ ਫੋਨ ਤੇ ਕਹਿੰਦੇ ਵੀ ਅਗਲੇ ਨੇ ਇਹ ਹੋਵੇ ਕਿ ਵੀਰੇ ਮੇਰਾ ਨਾਮ ਜ਼ਰੂਰ ਪਾਓ ਮੇਰਾ ਨਾਮ ਨਾ ਕੱ ਤੇ ਜਿਹੜੀ ਪੈਂਹਾਵਾਂ ਵਾਲੀ ਗੇਮ ਆ ਉਹ ਬਾਅਦ ਚ ਬੰਦੇ ਨੂੰ ਸਮਝ ਲੱਗਦੀ ਆ ਕਿ ਹਾਂ ਮੇਰੇ ਗਾਣੇ ਆ ਜੀ ਗਾਣਿਆਂ ਦੇ ਮੋਲ ਹੁੰਦਾ ਆ ਫਿਰ ਉਸ ਤੋਂ ਬਾਅਦ ਆਪਾਂ ਨੂੰ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਮੇਂ-ਸਮੇਂ ਨਾਲ ਆ ਇਹ ਤੁਹਾਨੂੰ ਸਮਝ ਲੱਗਦੀ ਤਾਂ ਸਾਨੂੰ ਮੈਨੂੰ ਨਹੀਂ ਲੱਗਦਾ ਮੈਂ ਕਦੀ ਕਿਸੇ ਨੂੰ ਬਲੇਮ ਕਰੂੰਗਾ ਕਿਉਂਕਿ ਮੇਰੀਆਂ ਸ਼ੁਰੂ ਤੋਂ ਚੀਜ਼ਾਂ ਕਲੀਅਰ ਹੀ ਮੈਂ ਸ਼ੁਰੂ ਤੋਂ ਪਹਿਲਾਂ ਪੈਸੇ ਲਈ ਕੰਮ ਨਹੀਂ ਕੀਤਾ ਕਿਉਂਕਿ ਮੈਨੂੰ ਮੇਰਾ ਨਾਂ ਚਾਹੀਦਾ ਸੀ ਗਾਦੋਂ ਮੈਂ ਤੇ ਇਦਾਂ ਹੀ ਕਰਦਾ ਰਿਆ ਜਦੋਂ ਜਦੋਂ ਕਿ ਜੇ ਲੱਗਾ ਕਿ ਤੁਹਾਡੀ ਚੀਜ਼ ਦਾ ਮੁੱਲ ਆ ਤੇ ਉਹ ਕੁਦਰਤੀ ਪਰਮਾਤਮਾ ਦੀ ਮਿਹਰ ਕਹਿ ਲਓ ਕਦੀ ਮੰਗਣੇ ਨਹੀਂ ਪਏ ਪੈਸੇ ਕਿਉਂਕਿ ਮੈਨੂੰ ਪੈਸੇ ਦੋ ਗਾਣੇ ਦੇ ਉਹ ਸਾਹਮਣੇ ਵਾਲੇ ਬੰਦੇ ਹੀ ਸਾਨੂੰ ਇਦਾਂ ਦੇ ਮਿਲਦੇ ਰਹੇ ਆ ਕਿ ਉਹਨਾਂ ਨੂੰ ਆਪ ਹੀ ਪਤਾ ਲੱਗਾ ਕਿ ਇਹ ਬੰਦੇ ਦੀ ਹੁਣ ਆ ਵਰਤ ਆਪ ਹੀ ਪੁੱਛ ਲੈਂਦੇ ਸੀ ਵੀ ਵੀਰੇ ਕੀ ਲੈਂਦੇ ਹੋ ਜਾਂ ਕਿਦਾਂ ਲੈਂਦੇ ਹੋ ਇਹ ਵੀ ਆਪਣੇ ਮਤਲਬ ਜਾਇਜ਼ ਜਾ ਦੱਸ ਦੇਈਂਦੇ ਤੇ ਹੁਣ ਥੋੜਾ ਆਇਆ ਹੁਣ ਆਪ ਗਾਉਣ ਲੱਪੇ ਆ ਤੇ ਥੋੜਾ ਜਿਹਾ ਵੈ ਤੇ ਹੁਣ ਤੇ ਉਹੀ ਆ ਕੇ ਥੋੜਾ ਉਹਨੇ ਕ ਲਈਦੇ ਆ ਕਿ ਹਾਂ ਆਪਣੇ ਆਪ ਨੂੰ ਸੈਟੀਸਫੈਕਸ਼ਨ ਰਵੇ ਤੇ ਦੂਜੀ ਗੱਲ ਮੈਨੂੰ ਇਹ ਆ ਕਿ ਗਾਣਾ ਵੇਚ ਕੇ ਵੀ ਕਈ ਵਾਰੀ ਇਹ ਸੈਟੀਸਫਾਈਡ ਨਹੀਂ ਹੁੰਦੇ ਕਿਉਂਕਿ ਹੁਣ ਇਦਾਂ ਫੀਲ ਹੋਣ ਲੱਗ ਪਿਆ ਕਿ ਜਿੰਨੇ ਕੇ ਪੈਸੇ ਲਈਦੇ ਉਹ ਖਰਚੇ ਜਾਂਦੇ ਆ ਪਰ ਤੁਹਾਡਾ ਇੱਕ ਗਾਣਾ ਚੱਲ ਜਾਂਦਾ ਹੈ ਤੇ ਉਹ ਗਾਣੇ ਕਈ ਵਾਰੀ ਅਗਲਾ ਤੁਹਾਡੀ ਪਸੰਦ ਨਾ ਬਣਾਉਂਦਾ ਆ ਜਾਂ ਕਈ ਵਾਰੀ ਉਹ ਤੁਹਾਨੂੰ ਆਪ ਨੂੰ ਵੀ ਨਹੀਂ ਪਸੰਦ ਆਉਦੀ ਚੀਜ਼ ਤੁਹਾਨੂੰ ਲੱਗਦਾ ਜੇ ਆਪਾਂ ਆਪ ਗਾਉਂਦੇ ਜਿਆਦਾ ਵਧੀਆ ਬਣਾ ਸਕਦੇ ਸੋ ਟਾਈਮ ਟਾਈਮ ਦੇ ਨਾਲ ਆ ਜਿਨ੍ਹਾਂ ਨੂੰ ਲੱਗਦਾ ਵੀ ਆ ਕਿ ਇਹਨਾਂ ਨੂੰ ਪੈਸੇ ਘੱਟ ਮਿਲਦੇ ਆ ਜਾਂ ਨਹੀਂ ਮਿਲਦੇ ਮੈ ਇਹ ਜੋ ਵੀ ਹੀ ਸਹੀ ਹੀ ਸਾਡੇ ਲਈ ਸੋ ਆਖਰ ਦੇ ਵਿੱਚ ਇਹ ਦੱਸੋ ਕਿ ਅੰਬਰਸਰ ਵਾਲੇ ਜਿਆਦਾ ਗੀੜੀਆਂ ਕਿੱਥੇ ਮਾਰਦੇ ਨੇ ਸ਼ਾਮੂ ਅੰਬਰਸਰ ਵਾਲੇ ਹੁਣ ਤੇ ਉਹ ਹੀ ਆ ਸਾਡੇ ਤੇ ਉਥੇ ਇੱਕ ਦੋ ਹੀ ਚੀਜ਼ਾਂ ਆ ਰঞ্জੀਤ ਐਵੇਨਿਊ ਆ ਜਾਂ ਯੂਨੀਵਰਸਿਟੀ ਮਾਰਕੀਟ ਆ ਤੇ ਜਦੋਂ ਕਿ ਜੇ ਸਾਡਾ ਟਾਈਮ ਹੀ ਸਾਨੂੰ ਤਨੀਂ ਨਾ ਮੌਕਾ ਮੌਕਾ ਮਿਲਿਆ ਗੀੜੀਆਂ ਮਾਰ ਹੁੰਦਾ ਹੁਣ ਸਾਡੇ ਕੋਲ ਸੋਰਸਿਸ ਆ ਜਾਂ ਚੀਜ਼ਾਂ ਹੈਗੀਆਂ ਆ ਹੁਣ ਆਪ ਨਹੀਂ ਜੀ ਕਰਦਾ ਨਹੀਂ ਟਾਈਮ ਤੇ ਬਥੇਰਾ ਟਾਈਮ ਮਿਲਦਾ ਹੀ ਆ ਜੇ ਵੀ ਤੇ ਉਹ ਆਕੇ ਹੁਣ ਜੀ ਨਹੀਂ ਕਰਦਾ ਹੁਣ ਆਪ ਨੂੰ ਲੱਗਦਾ ਆ ਕਿ ਥੋੜਾ ਸਿਆਣੇ ਹੋ ਗਏ ਜਾਂ ਮਚਿਓਰਟੀ ਲੈਵਲ ਉਸ ਤਰੀਕੇ ਦਾ ਹੋ ਗਿਆ ਜਦੋਂ ਟਾਈਮ ਹੀ ਜਿਹੜੀਆਂ ਮਾਰਨ ਦਾ ਅਸਲ ਚ ਉਦੋਂ ਟਾਈਮ ਨਹੀਂ ਹੈਗਾ ਉਦੋਂ ਥੋੜੇ ਬਿਜ਼ੀ ਹੀ ਆਪਣੇ ਆਪ ਨੂੰ ਬਣਾਉਣ ਦੇ ਲਈ ਜਾਂ ਕਹਿ ਲੋ ਉਦੋਂ ਥੋੜੀ ਦੌੜ ਹੋ ਰਹੀ ਤੇ ਉਹੀ ਆ ਦੋ ਤਿੰਨ ਚੀਜ਼ਾਂ ਹੀ ਆਉਤੀ ਸੋ ਥੈਂਕ ਯੂ ਸੋ ਮੱਚ ਕਹ ਲਓ ਸਾਨੂੰ ਟਾਈਮ ਦੇਣ ਦੇ ਲਈ ਸਾਡੀ ਆਡੀਅנס ਨੂੰ ਜਾਂਦੇ ਹਾਂ ਕੁਝ ਕਹਿਣਾ ਚਾਹੋਗੇ ਤੁਸੀਂ ਆਡੀਅנס ਨੂੰ ਮੈਂ ਇਹੀ ਕਹਿਣਾ ਜਾਊਂਗਾ ਜੀ ਅਜੇ ਨਵੇਂ-ਨਵੇਂ ਆ ਸਾਡੇ ਗਾਣੇ ਸੁਣੋ ਪਿਆਰ ਦਿੰਦੇ ਰਹੋ ਤੇ ਸਾਨੂੰ ਬਹੁਤ ਜ਼ਿਆਦਾ ਕਾਮਯਾਬ ਕਰੋ ਤੇ ਲਾਲ ਲਾਲ ਕਰਾ ਕੇ ਰੱਖ ਤੇ ਲਾਲ ਲਾਲ ਕਰਾਉਂਦੇ ਰੋ ਬਸ ਠੀਕ ਹੈ ਜੀ ਧੰਨਵਾਦ ਸਸਿਕਾ ਥੈਂਕ ਯੂ ਸੋ ਮੱਚ ਸੋ ਇਸ ਇਨਸਾਨ ਨਾਲ ਅਗਲੀ ਵਾਰ ਕਿਸੇ ਹੋਰ ਆਰਟਿਸਟ ਨਾਲ ਤੁਹਾਡੇ ਮੁਖਾਤਿਬ ਕਰਾਵਾਂਗੇ ਤੁਹਾਡੇ ਰੂਪ ਰੂਪ ਕਰਾਵਾਂਗੇ ਪਰ ਫਿਲਹਾਲ ਅੱਜ ਲਈ ਸਿਰਫ ਇੰਨਾ ਹੀ ਤੁਸੀਂ ਜੁੜੇ ਰਹੋ ਬਾਲੀਵੁੱਡ ਦਾ ਪੰਜਾਬੀ ਤੇ ਜਗਬਾਨੀ ਨਾਲ ਸੱਟਰੀਆ ਕਾਰ